ਤੁਸੀਂ ਦੇਖ ਰਹੇ ਹੋ ABC ਪੰਜਾਬ, ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਇੱਕ ਹੋਰ ਲੋਕ ਸਭਾ ਹਲਕੇ ਦੀ, ਲੋਕ ਸਭਾ ਹਲਕਾ ਸਰਹੱਦੀ ਹਲਕਾ ਫਿਰੋਜ਼ਪੁਰ। ਅਤੇ ਫਿਰੋਜ਼ਪੁਰ ਦੇ ਵਿੱਚ ਇਸ ਸਮੇਂ ਇੱਕ ਸਿਆਸੀ ਮਾਹੌਲ ਕਿੰਨਾ ਕੀ ਭਖਿਆ, ਕੀ ਉੱਥੋਂ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋ ਰਹੀ ਆ, ਸਰਹੱਦੀ ਹੋਣ ਇਲਾਕਾ ਅਤੇ ਫਿਰ ਉੱਥੇ ਕਿਹੋ ਜਿਹੀਆਂ ਮੰਗਾਂ, ਅਤੇ ਹੁਣ ਤੱਕ ਜਿਹੜੇ MP ਰਹੇ ਨੇ ਉਹਨਾਂ ਨੇ ਕੀ ਕੁਝ ਕੀਤਾ, ਅਤੇ ਨਾਲ ਦੀ ਨਾਲ ਸੂਬਾ ਸਰਕਾਰ ਨੂੰ ਲੈ ਕੇ ਲੋਕ ਕਿੰਨੇ ਕੀ ਖੁਸ਼ ਨੇ, ਜਾਂ ਲੋਕਾਂ ਦੀਆਂ ਕਿੰਨੀਆਂ ਕੀ ਉਮੀਦਾਂ, ਅਤੇ ਸਰਕਾਰ 5 ਮਿੰਟ 'ਚ ਖਰਾ ਉਤਰੀ ਆ। ਅਤੇ ਫਿਰੋਜ਼ਪੁਰ ਦੇ ਹਾਲਾਤ ਬਾਰੇ ਅਸੀਂ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਬੈਠੇ ਨੇ ਗੁਰਨਾਮ ਸਿੰਘ ਸਿੱਧੂ, ਜਿਹੜੇ ਲੰਮੇ ਸਮੇਂ ਤੋਂ ਫਿਰੋਜ਼ਪੁਰ ਤੋਂ ਪੱਤਰਕਾਰੀ ਕਰ ਰਹੇ ਨੇ, ਵੱਖ ਵੱਖ ਅਖਬਾਰਾਂ 'ਚ ਕੰਮ ਕਰ ਚੁੱਕੇ ਨੇ, ਅਤੇ ਇਸ ਸਮੇਂ ਉਹ ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਵੀ ਨੇ। ਗੁਰਨਾਮ ਸਿੰਘ ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹਨ। ਥੈਂਕ ਯੂ ਭਾਜੀ, ਥੈਂਕ ਯੂ। ਕਿਵੇਂ ਲੱਗ ਰਿਹਾ ਜੀ, ਸਰਹੱਦ 'ਤੇ ਬੈਠੇ ਹੋ ਅਤੇ ਲੋਕਾਂ ਦੀਆਂ ਮੁੱਦਿਆਂ 'ਤੇ, ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ 'ਤੇ ਜਿਹੜੇ ਇਸ ਟਾਈਮ ਉਮੀਦਵਾਰ ਆਏ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ, ਗੱਲ ਕਰ ਰਹੇ ਨੇ ਕਿ ਜਾਂ ਸਿਰਫ ਇੱਕ ਦੂਜੇ ਨੂੰ ਬਦਨਾਮ ਹੀ ਕਰ ਰਹੇ ਨੇ? ਦੇਖੋ, ਬਦਨਾਮ ਵਾਲੀ ਰਾਜਨੀਤੀ ਤਾਂ ਬਹੁਤ ਹਾਵੀ ਹੋ ਗਈ। ਸੋਸ਼ਲ ਮੀਡੀਆ ਦਾ ਜਦੋਂ ਦਾ ਯੁੱਗ ਹੈ ਤਾਂ ਗਾਲੋ ਗਾਲੀ, ਇੱਕ ਦੂਜੇ ਦੇ ਖਿਲਾਫ਼ ਮੀਮ ਬਣਾਉਣੇ, ਇਹ ਆਮ ਜਿਹਾ ਵਰਤਾਰਾ ਹੋ ਗਿਆ ਸਾਡੀ ਰਾਜਨੀਤੀ ਦੇ ਵਿੱਚ। ਗੰਦਲਾਪਨ ਨਹੀਂ ਕਹਿ ਸਕਦੇ ਇਸ ਨੂੰ। ਇਹ ਵੀ ਕਿਹਾ ਜਾਂਦਾ ਕਿ ਜਿਹੜੀ ਪਾਰਟੀ ਇਹਨੂੰ ਲੈ ਕੇ ਆਈ ਸੀ ਉਹਨੂੰ ਆਪ ਨੂੰ ਗਾਲਾਂ ਸੁਣਨੀਆਂ ਪੈ ਰਹੀਆਂ, ਜਿਹਨਾਂ ਨੇ ਇਹ ਸਿਸਟਮ ਸ਼ੁਰੂ ਕੀਤਾ। ਤਾਂ ਇਹ ਬੜੇ ਹਾਲਾਤ ਉਦਾਂ ਦੇ ਬਣ ਗਏ ਨੇ, ਮੁੱਦਿਆਂ ਦੀਆਂ ਗੱਲਾਂ ਬਹੁਤ ਘੱਟ ਹੁੰਦੀਆਂ ਨੇ। ਜਦੋਂ ਵੀ ਕੋਈ ਲੀਡਰ ਚੜ੍ਹਦਾ, ਪਹਿਲਾਂ ਤਾਂ ਹੁੰਦਾ ਸੀ ਇੱਕ ਵਿਰੋਧੀ ਪਾਰਟੀ ਹੁੰਦੀ ਸੀ, ਇੱਕ ਉਹਨੂੰ ਬਦਨਾਮ ਕਰਨਾ ਹੁੰਦਾ ਸੀ। ਹੁਣ ਵਾਰੀ ਵਾਰੀ ਉਹਨਾਂ ਤੇ ਟੌਪਿਕ ਬਣਾਉਂਦੇ ਆ ਵੀ ਹੁਣ ਮੇਰੇ ਸਾਹਮਣੇ ਆਮ ਆਦਮੀ ਪਾਰਟੀ ਆ ਜੀ, ਹੁਣ ਉਹਦੀ ਗੱਲ ਕਰਦਾ, ਮੈਂ ਉਹਦੀ ਕਰਦਾ, ਅੱਧਾ ਘੰਟਾ ਤਾਂ ਇਸ ਚੀਜ਼ 'ਚ ਹੀ ਲੰਘ ਜਾਂਦਾ। ਬਦਨਾਮੀ 'ਚ ਮੰਗ ਜਿਹੜੀ ਉਹ ਹੁੰਦੀ ਹੈ ਕਿ ਅਸੀਂ ਬਾਰਡਰ ਖੁਲਵਾਵਾਂਗੇ ਤੁਹਾਡਾ, ਹੁਸੈਨੀ ਵਾਲੇ ਵਾਲਾ ਇਹ ਖੁਲਵਾ ਕੇ ਦਿਆਂਗੇ। ਪਾਣੀ ਦੀ ਸਮੱਸਿਆ ਹੈਗੀ ਸਾਡੇ ਬਾਰਡਰ ਤੇ ਬਹੁਤ ਜ਼ਿਆਦਾ, ਜਿਹੜਾ ਜਲਾਲਾਬਾਦ ਬੈਲਟ ਹੈਗੀ ਹੈ ਪਾਣੀ ਬਹੁਤ ਜ਼ਿਆਦਾ ਖਰਾਬ ਹੈ, ਲੋਕਾਂ ਦੇ ਦੰਦ ਖਰਾਬ ਨੇ, ਕੈਂਸਰ ਦਾ ਜਿਹੜਾ ਬਹੁਤ ਭਿਆਨਕਰ ਰੋਗ ਜਿਹੜਾ ਉਸ ਏਰੀਏ 'ਚ ਬਹੁਤ ਜ਼ਿਆਦਾ ਹੈਗਾ ਨਾ, ਔਰ ਬੱਚਿਆਂ ਦੇ ਵਾਲ ਜਿਹੜੇ ਚਿੱਟੇ ਹੋਣਾ, ਇਹ ਪਾਣੀ ਦੀ ਸਾਰਾ ਕਰਪੂਰ, ਬਹੁਤ ਸਾਰੀਆਂ ਸਮੱਸਿਆਵਾਂ ਨੇ। ਔਰ ਹਰ ਲਗਭਗ ਆ ਪਿਛਲੇ ਕਈ ਸਾਲਾਂ ਤੋਂ ਤਾਂ ਲਗਾਤਾਰ ਹੜ੍ਹ ਆ ਰਹੇ ਨੇ, ਜਿਹੜੇ ਇੱਥੇ ਬੰਨ ਬੜੇ ਕੱਚੇ, ਉਹ ਸਮੱਸਿਆ ਬੜੀਆਂ ਸਮੱਸਿਆਵਾਂ ਆਈਆਂ। ਉਹਨਾਂ ਦੀਆਂ ਗੱਲਾਂ ਤਾਂ ਜ਼ਰੂਰ ਕਰਦੇ ਨੇ, ਪਰ ਉਹਨਾਂ ਤੇ ਅਮਲ ਕਾ, ਇਹ ਵਾਲੇ ਜਿਹੜੇ ਜਿੱਤਣਗੇ ਇਹ ਕਰਦੇ ਆ ਕਿ ਨਹੀਂ ਕਰਦੇ, ਇਹ ਸਮੇਂ ਦੇ ਉਹਦੇ 'ਚ ਹੈਗਾ ਬੁੱਕਲ 'ਚ। ਅੱਛਾ, ਜਿਵੇਂ ਤੁਸੀਂ ਇੱਕ ਬੜਾ ਮਹੱਤਵਪੂਰਨ ਮੁੱਦਾ ਉਠਾਇਆ ਕਿ ਹੁਸੈਨੀ ਵਾਲਾ ਬਾਰਡਰ ਖੋਲ੍ਹਾਂਗੇ ਅਸੀਂ, ਜੋ ਵੀ ਦਾਅਵੇ ਕਰ ਰਹੇ, ਜੇ ਖੁੱਲ੍ਹ ਜਾਂਦਾ ਹੈਗਾ ਤਾਂ ਫਿਰੋਜ਼ਪੁਰ ਨੂੰ ਕਿੰਨਾ ਕੀ ਫਾਇਦਾ ਹੋਵੇਗਾ? ਬਿਲਕੁਲ, ਦੇਖੋ ਤੁਸੀਂ ਅੰਮ੍ਰਿਤਸਰ ਤੋਂ ਅਸੀਂ ਵਾਹਗਾ ਬਾਰਡਰ ਦੇਖਦੇ ਹੀ ਹਾਂ ਕਿ ਉੱਥੇ ਵਪਾਰ ਜਿਹੜਾ ਖੁੱਲਿਆ ਹੋਇਆ, ਤਾਂ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦਾ ਸਨਅਤ ਫੈਕਟਰੀਆਂ ਆ ਸਕਦੀਆਂ, ਔਰ ਵਪਾਰੀ ਵਰਗ ਇੱਥੇ ਆ ਕੇ ਬੈਠ ਸਕਦਾ, ਜਿਹਦੇ ਨਾਲ ਉੱਧਰ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਸਸਤੀਆਂ ਬਹੁਤ ਨੇ, ਤੇ ਉੱਧਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਧਰੋਂ ਮਹਿੰਗੀਆਂ ਜ਼ਿਆਦਾ, ਇੱਧਰੋਂ ਉੱਧਰ ਮਹਿੰਗੀਆਂ ਵਿਕਦੀਆਂ ਨੇ। ਤਾਂ ਖਾਸ ਕਰਕੇ ਫਿਰੋਜ਼ਪੁਰੀਆਂ ਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਏਗਾ। ਵਪਾਰੀ ਵਰਗ ਜਦੋਂ ਇੱਥੇ ਆਊਗਾ ਤਾਂ ਇੱਥੇ ਸਨਅਤ ਆਊਗੀ, ਇੱਥੇ ਫੈਕਟਰੀਆਂ ਆਉਣਗੀਆਂ, ਲੋਕਾਂ ਨੂੰ ਰੁਜ਼ਗਾਰ, ਲੋਕਾਂ ਨੂੰ ਫਾਇਦਾ, ਮੁਨਾਫਾ ਬਹੁਤ ਵੱਡੇ ਪੱਧਰ ਤੇ ਹੋ ਸਕਦਾ। ਇੱਕ ਹੋਰ ਸਭ ਤੋਂ ਵੱਡੀ ਕਿ ਸਿਹਤ ਪੱਖੋਂ ਜਿਵੇਂ ਤੁਸੀਂ ਦੱਸਿਆ ਕਿ ਪਾਣੀ ਇੰਨਾ ਜ਼ਿਆਦਾ ਪਲੀਤ ਹੋ ਚੁੱਕਾ ਵੀ ਅੱਖਾਂ 'ਤੇ ਅਸਰ, ਵਾਲਾਂ 'ਤੇ ਅਸਰ, ਸਮੁੱਚੇ ਅਸਰ ਪੈ ਰਿਹਾ, ਬੰਦੇ ਦੇ ਸਰੀਰ 'ਤੇ ਅਸਰ ਪੈ ਰਿਹਾ, ਉਹਨੂੰ ਲੈ ਕੇ ਲੋਕਾਂ ਨੂੰ ਫਿਰ ਫਿਰੋਜ਼ਪੁਰ ਹੀ ਇਲਾਜ ਵਾਸਤੇ ਆਉਣਾ ਪੈਂਦਾ ਕਿ ਜਾਂ ਕਿਤੇ ਫਿਰ ਚੰਡੀਗੜ੍ਹ ਦਾ ਗੇੜਾ ਵੀ ਲੱਗਣਾ ਪੈਂਦਾ? ਬਿਲਕੁਲ, ਸਾਡੇ ਨੇੜੇ ਤਾਂ ਹੁਣ ਜਿਵੇਂ ਏਮਜ਼ ਬਣਾਤਾ ਬਠਿੰਡੇ ਵਿੱਚ, ਉਹ ਹੈਗਾ, ਉਹ ਵੀ ਇੱਥੋਂ 100 ਕਿਲੋਮੀਟਰ ਹੈਗਾ ਨੀਅਰ ਅਬਾਊਟ। ਜੇ ਅਸੀਂ ਲੁਧਿਆਣੇ, ਸਾਡੇ ਜਿਹੜੇ ਜ਼ਿਆਦਾ ਮਰੀਜ਼ ਆ ਉਹ ਜਿਹੜਾ ਲੁਧਿਆਣੇ DMC ਪੈਂਦਾ, CMC ਪੈਂਦਾ, ਲੁਧਿਆਣੇ ਜਾਂਦੇ, ਉਹ ਵੀ ਸਾਨੂੰ 125 ਕਿਲੋਮੀਟਰ।
ਜੇ ਹੱਡੀਆਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਅਮਨਦੀਪ ਹੋਸਪਿਟਲ, ਉਹ 125 ਕਿਲੋਮੀਟਰ, ਤੇ ਚੰਡੀਗੜ੍ਹ ਸਾਨੂੰ 250 ਕਿਲੋਮੀਟਰ ਪੈ ਜਾਂਦਾ। ਮਤਲਬ ਫਿਰੋਜ਼ਪੁਰ ਫਿਰੋਜ਼ਪੁਰ ਸਿਹਤ ਸੇਵਾਵਾਂ ਚੰਗੀਆਂ ਨਹੀਂ ਨੇ? ਬਿਲਕੁਲ ਜੀ, ਹੁਣ PGI ਚਲੋ ਸ਼ੁਰੂ ਹੋਇਆ ਬਣਨਾ, ਤਾਂ ਉਹਦੇ ਨਾਲ ਇੱਕ ਆਸਰਾ ਜ਼ਰੂਰ ਹੋ ਗਿਆ, ਚਲੋ ਆਉਣ ਵਾਲੀ ਸਾਡੀ ਪਨੀਰੀ ਜਿਹੜੇ ਆਉਣ ਵਾਲੇ ਸਾਡਾ ਇਹ ਹੈਗੀ ਹੈ ਜਨਰੇਸ਼ਨ, ਉਹ ਬਚ ਸਕਦੀ ਬਿਮਾਰੀਆਂ ਤੋਂ, ਉਹਨਾਂ ਦਾ ਇਲਾਜ ਸਮੇਂ ਤੇ ਕਰਵਾ ਸਕਦੇ। ਇੱਥੇ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਐਕਸੀਡੈਂਟ ਵਿੱਚ ਇੱਥੋਂ ਜਵਾਬ ਮਿਲ ਜਾਂਦਾ, ਇੱਥੇ ਤਾਂ ਫਸਟ ਏਡ ਹੀ ਹੈ, ਇੱਥੋਂ ਦੇ ਜਿਹੜੇ ਲੋਕਲ ਹੋਸਪਿਟਲ ਅਸੀਂ ਕਹਿ ਸਕਦੇ ਹਾਂ ਉਹ ਮੁੱਢਲੀ ਸਹਾਇਤਾ ਦੇਣ ਵਾਲੇ ਆ, ਉਹਨਾਂ ਨੇ ਜਾਂਦਿਆਂ ਜਵਾਬ ਹੀ ਦੇਣਾ ਵੀ ਲੁਧਿਆਣੇ ਲੈ ਜਾਓ, ਤਾਂ ਉੱਥੇ ਲੁਧਿਆਣੇ ਜਾਂਦਿਆਂ ਜਾਂਦਿਆਂ ਦੇਖ ਲਓ ਇੱਥੋਂ 125 ਕਿਲੋਮੀਟਰ ਆ, ਘੱਟੋ ਘੱਟ ਤਾਂ 2-2.5 ਘੰਟੇ ਆਰਾਮ ਨਾਲ ਲੱਗ ਜਾਂਦੇ ਆ ਜਾਣ ਤੇ ਜੀ, ਕਿਉਂਕਿ ਟ੍ਰੈਫਿਕ ਹੁੰਦੀ ਹੈ, ਤਾਂ ਉਹ ਮਰੀਜ਼ ਜਾਂਦਿਆਂ ਜਾਂਦਿਆਂ ਕੁਛ ਨਾ ਕੁਛ ਖੁਦਾ ਨਾ ਖਾਸਾ ਕੁਛ ਹੋ ਸਕਦਾ, ਤਾਂ ਇਹ ਇਹ ਲੋਕਲ ਨਾ ਧੂੜ ਤੋਣ ਕਾਰਨ ਇਹ ਚੀਜ਼ਾਂ ਵਾਪਰ ਰਹੀਆਂ। ਅੱਛਾ, ਸਿਹਤ ਪੱਖੋਂ ਤੇ ਤੂੰ ਦੱਸਿਆ ਕਿ ਫਿਰੋਜ਼ਪੁਰ ਦੇ ਵਾਜੇ ਵੱਜੇ ਹੋਏ ਨੇ, ਸਿੱਖਿਆ ਦੀ ਗੱਲ ਕੀਤੀ ਜਾਵੇ ਸਕੂਲਾਂ ਦਾ ਕੀ ਹਾਲ ਆ, ਕਾਲਜਾਂ ਦਾ ਕੀ ਹਾਲ ਆ ਜੀ? ਦੇਖੋ ਜੀ, ਉਹ ਤਾਂ ਸਾਰੇ ਤੁਸੀਂ ਦੇਖ ਹੀ ਰਹੇ ਐਮੀਨੈਂਸ ਕਿੱਦਾਂ ਦੇ ਬਣੇ ਹੋਏ ਆ, ਕਿੱਦਾਂ ਦੀਆਂ ਹਾਂ ਗ੍ਰਾਂਟਾਂ ਬਹੁਤ ਜ਼ਿਆਦਾ ਆਈਆਂ, ਜਿਹੜੇ ਐਮੀਨੈਂਸ ਸਕੂਲ ਹੈ ਉਹਨਾਂ ਵਿੱਚ ਗ੍ਰਾਂਟਾਂ ਧੜਾ ਧੜ ਵੰਡੀਆਂ ਜਾ ਰਹੀਆਂ ਨੇ, ਉਹ ਗ੍ਰਾਂਟਾਂ ਬਿਲਡਿੰਗ ਤੱਕ ਸੀਮਿਤ ਨੇ ਜਾਂ ਉੱਥੇ ਲੈ ਬਣਾਈਆਂ ਜਾ ਰਹੀਆਂ ਉੱਥੋਂ ਸੀਮਿਤ ਨੇ, ਕਿ ਉਹ ਪੜ੍ਹਾਈ ਕਨਵਰਟ ਕਰ ਸਕਦੀਆਂ ਉਹ ਗ੍ਰਾਂਟਾਂ, ਉਹ ਜਿਹੜੇ ਸਟੂਡੈਂਟ ਸਾਡੇ ਬੱਚੇ ਆ ਰਹੇ ਆ ਉਹਨਾਂ ਵਿੱਚ ਕਿਵੇਂ ਕਨਵਰਟ ਹੋਊਗੀ ਉਹ ਮਾਇਆ। ਬਿਲਡਿੰਗ ਤਾਂ ਬੋਲੂਗੀ ਕਿ ਬਿਲਡਿੰਗ ਜਿਹੜਾ ਢਾਂਚਾ ਹੈਗਾ ਉਹਦੀ 4 ਦੁਆਰੀ ਹੈਗੀ ਹੈ, ਸਕੂਲ ਦੇ ਵਿੱਚ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਹਾਂ ਇੱਕ ਵੱਡੇ ਸਕੂਲ ਦੇ ਵਿੱਚ ਆ ਗਏ, ਪਰ ਉਹ ਜਿਹੜੇ ਪੈਸਾ ਉਹ ਯੂਟੀਲਾਈਜ਼ ਇਕੱਲਾ ਬਿਲਡਿੰਗ 'ਤੇ ਹੋ ਰਿਹਾ ਕਿ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਜਾਊਗਾ, ਉਹ ਬੱਚਿਆਂ ਦੀ ਪੜ੍ਹਾਈ 'ਚ ਕਦੋਂ ਇਨਵੋਲਵ ਹੋਏਗਾ, ਉਹ ਚੀਜ਼ਾਂ ਜਿਹੜੀਆਂ ਉਹ ਉਹਦੇ ਤੋਂ ਅਸੀਂ ਅਜੇ ਦੂਰ ਲੱਗ ਰਹੇ ਹਾਂ ਮੈਨੂੰ ਲੱਗਦਾ। ਅੱਛਾ ਗੁਰਨਾਮ ਜੀ, ਜਿਵੇਂ ਤੁਸੀਂ ਕਿਉਂਕਿ ਆਹ ਜਿਹੜਾ ਐਜੂਕੇਸ਼ਨ, ਹੈਲਥ, ਪੀਣ ਵਾਲਾ ਪਾਣੀ, ਇਹਦੇ ਬੁਨਿਆਦੀ ਢਾਂਚੇ, ਮਤਲਬ ਕਿ ਸਰਕਾਰਾਂ ਵਾਸਤੇ ਤਾਂ ਬੇਸ਼ਰਮੀ ਵਾਲੀ ਗੱਲ ਹੈ ਕਿ ਅਸੀਂ 75 ਵਰੇ ਆਜ਼ਾਦੀ ਦੇ ਮਨਾ ਲਏ ਲੇਕਿਨ ਲੋਕਾਂ ਕੋਲ ਇਹ ਬੁਨਿਆਦੀ ਸਹੂਲਤਾਂ ਨਹੀਂ ਪਹੁੰਚੀਆਂ। ਜਦੋਂ ਇਹ ਲੀਡਰ ਵੋਟਾਂ ਮੰਗਣ ਆਉਂਦੇ ਨੇ, ਚਾਹੇ ਵਿਧਾਨ ਸਭਾ ਦੀਆਂ ਲਾ ਲਓ ਚਾਹੇ ਫਿਰ ਲੋਕ ਸਭਾ ਦੀਆਂ ਲਾ ਲਓ, ਲੋਕ ਸਵਾਲ ਨਹੀਂ ਪੁੱਛਦੇ, ਲੋਕ ਖੜੇ ਨਹੀਂ ਹੁੰਦੇ ਕਿ ਪਹਿਲਾਂ ਪਿਛਲੇ ਵਾਅਦੇ ਤਾਂ ਪੂਰੇ ਨਹੀਂ ਕੀਤੇ, ਹੁਣ ਤੈਨੂੰ ਕਾਹਦੇ ਵਾਸਤੇ ਵੋਟਾਂ ਪਾ ਦਈਏ? ਇਹ ਗੱਲਾਂ ਹੁਣ ਉੱਠਣ ਲੱਗ ਗਈਆਂ, ਮੈਂ ਕਹਿੰਦਾ ਜਦੋਂ ਸੋਸ਼ਲ ਮੀਡੀਆ ਆਇਆ ਉਦੋਂ ਦੀਆਂ ਗੱਲਾਂ ਜ਼ਰੂਰ ਉੱਠਣ, ਪਹਿਲਾਂ ਲੋਕ ਡਰਦੇ ਬੋਲਦੇ ਨਹੀਂ ਸੀ, ਪਹਿਲਾਂ ਆਪਾਂ ਦੇਖਦੇ ਨੇ ਕਿ ਅੱਜ ਤੋਂ ਤੁਸੀਂ 5-7 ਸਾਲ ਪਿੱਛੇ ਚਲੇ ਜਾਓ, 7-7 ਸਾਲ ਪਿੱਛੇ ਚਲੇ ਜਾਓ ਤਾਂ ਫੇਸਬੁੱਕ ਤੇ ਕੋਈ ਅਪਸ਼ਬਦ ਲਿਖਣ ਲੱਗਾ ਵੀ ਡਰਦਾ ਸੀਗਾ, ਕੋਈ ਉਹੋ ਜਿਹਾ ਸ਼ਬਦ ਲੀਡਰ ਨੂੰ ਸਵਾਲ ਕਰਨਾ ਵੀ ਡਰਦਾ ਸੀ, ਪਤਾ ਨਹੀਂ ਕੱਲ ਨੂੰ ਲੀਡਰ ਤੁਹਾਡੇ ਖਿਲਾਫ਼ ਨਾ ਹੋ ਜਾਏ, ਪਰ ਹੁਣ ਜਦੋਂ ਅਸੀਂ ਲੀਡਰ ਦੀ ਪ੍ਰੋਫਾਈਲ ਖੋਲਦੇ ਹਾਂ ਉਹ ਲਾਈਵ ਹੁੰਦਾ ਤਾਂ ਉਦੋਂ ਥੱਲੇ ਧੜਾ ਧੜ ਕਮੈਂਟਸ ਹੁੰਦੇ ਆ, ਇਸ ਤਰ੍ਹਾਂ ਦੇ ਉਹਨੂੰ ਕੁਐਸਚਨ ਕੀਤੇ ਜਾਂਦੇ ਆ ਨਾ, ਤਾਂ ਇਹ ਜਿਹੜਾ ਰੁਝਾਨ ਹੈ ਪਿੰਡਾਂ ਵਿੱਚ ਵੀ ਆ ਗਿਆ, ਸ਼ਹਿਰਾਂ ਵਿੱਚ ਵੀ ਆ ਗਿਆ, ਲੋਕ ਸਵਾਲ ਕਰਦੇ ਉਮੀਦਵਾਰਾਂ ਨੂੰ ਪੁੱਛਦੇ ਮੂੰਹ ਤੇ ਕਿ ਕੀ ਕਰੋਗੇ ਜਾਂ ਪਿੱਛੇ ਤੋਂ ਬਣਿਆ ਸੀ ਉਦੋਂ ਕੀ ਕੀਤਾ। ਇਹ ਜਿਹੜੇ ਹੁਣ ਸਾਡੇ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨੂੰ ਸਵਾਲ ਇੱਥੇ ਕੀਤੇ ਮੁੰਡਿਆਂ ਨੇ ਜਦੋਂ ਪਿੱਛੇ ਜਾ ਯਾਤਰਾ ਲੈ ਕੇ ਆਏ, ਉਹਨਾਂ ਨੂੰ ਵੀ ਸਵਾਲ ਹੋਏ ਕਿ ਤੁਸੀਂ ਇੱਥੋਂ ਸੰਸਦ ਚੁਣੇ ਗਏ ਸੀ ਤੇ ਤੁਸੀਂ ਫਿਰੋਜ਼ਪੁਰ ਵਿੱਚ ਕਿੰਨੇ ਗੇੜੇ ਲਾਏ, ਫਿਰੋਜ਼ਪੁਰ ਵਿੱਚ ਕੀ ਕੀਤਾ, ਉਹਨਾਂ ਨੂੰ ਵੀ ਸਵਾਲ ਹੋਵੇ। ਹਾਲਾਂਕਿ ਜਦੋਂ ਪਹਿਲਾਂ ਡਰ ਸੀਗਾ ਲੋਕਾਂ ਨੂੰ ਉਦੋਂ ਇਹ ਸਵਾਲ ਨਹੀਂ ਹੋਇਆ ਕਰਦੇ ਸੀ, ਹੁਣ ਪਰ ਲੋਕ ਅਵੇਅਰ ਹੋ ਗਏ, ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਰਾਈਟਸ ਕੀ ਨੇ, ਅਸੀਂ ਕਿੱਥੋਂ ਤੱਕ ਜਾ ਸਕਦੇ ਹਾਂ, ਕੀ ਬੋਲ ਸਕਦੇ ਹਾਂ, ਇਹ ਲੀਡਰ ਸਾਨੂੰ ਕਿੱਥੇ ਆ ਕੇ ਢਾ ਸਕਦੇ ਆ, ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਚੰਗੀਆਂ ਵੀ ਨੇ ਕਿ ਅਸੀਂ ਸਵਾਲ ਕਰਨ ਵਾਲੇ ਬਣੇ ਹਾਂ। ਅੱਛਾ ਇੱਕ ਹੋਰ ਦੱਸੋ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬੰਦਾ ਤੇ ਨਵਾਂ ਵਾ ਲੇਕਿਨ ਟੱਬਰ ਪੁਰਾਣਾ ਜਿਹਨਾਂ ਨੂੰ ਟਿਕਟ ਦਿੱਤੀ ਹੈ, ਨਰਦੇਵ ਸਿੰਘ ਹੁਣ ਬੋਬੀ ਮਾਨ ਕਿਉਂਕਿ ਪਹਿਲਾਂ ਉਹਦੇ ਭਰਾ ਲੜਦੇ ਰਹੇ ਨੇ, ਜਗਦੀਪ ਸਿੰਘ ਕਾਕਾ ਬਰਾੜ ਮੁਕਤਸਰ ਦੇ MLA ਉਹ ਫਿਰੋਜ਼ਪੁਰ ਤੋਂ ਲੜਨ ਨੇ, ਰਾਣਾ ਗੁਰਮੀਤ ਸਿੰਘ ਸੋਢੀ ਤੁਹਾਡੇ ਵਾਸਤੇ ਫਿਰੋਜ਼ਪੁਰ ਵਾਸਤੇ ਨਵਾਂ ਨਹੀਂ ਆ, ਜਾਂ ਜਿਹੜੇ ਦੂਸਰੇ ਉਮੀਦਵਾਰ ਲਾ ਲਓ ਸ਼ੇਰ ਸਿੰਘ ਘੁਬਾਇਆ, ਕਿਵੇਂ ਲੱਗਦਾ ਇਸ ਵਾਰ ਕਿਉਂਕਿ ਫਿਰੋਜ਼ਪੁਰ ਇੱਕ ਪਾਸੇ ਬਰਾਬਰ ਦੀ ਵੋਟ ਆ, ਇੱਕ ਪਾਸੇ ਰਾਜਸਿਕ ਭਾਈਚਾਰਾ, ਦੂਜੇ ਪਾਸੇ ਕੰਬੋਜ ਭਾਈਚਾਰਾ,
ਕਿਵੇਂ ਲੱਗ ਰਿਹਾ ਇਸ ਵਾਰ ਭਾਈਚਾਰਾ ਕਿੱਥੇ ਖੜਿਆ ਕਿ ਜਾਂ ਲੋਕ ਮੁੱਦੇ ਮਹੱਤਵ ਰੱਖਦੇ ਨੇ? ਦੇਖੋ ਜੀ, ਫਿਰੋਜ਼ਪੁਰ ਦੀ ਸੀਟ ਹਮੇਸ਼ਾ ਜਾਤੀਵਾਦ ਦੇ ਆਧਾਰਿਤ ਬਹੁਤ ਜ਼ਿਆਦਾ ਰਹੀ ਹੈ। ਸਾਡੇ ਇੱਥੇ ਸਿੱਖ ਬਰਾਦਰੀ ਨੀ ਅਬਾਉਟ 4,33,000 ਸਮਥਿੰਗ, 4,50,000 ਦੇ ਕਰੀਬ ਉਹਨਾਂ ਦੀ ਵੋਟ ਹੈਗੀ ਆ। 3,00,000 ਦੇ ਕਰੀਬ ਕੰਬੋਜ ਬਰਾਦਰੀ ਦੀ ਹੈਗੀ ਆ। ਟੋਟਲ ਵੋਟ ਜਿਹੜੀ ਅੱਜ ਜਿਹੜੀ ਕਾਊਂਟਿੰਗ ਆਈ ਆ, ਹਾਲਾਂਕਿ ਜਿਹੜੀਆਂ ਨਵੀਆਂ ਵੋਟਾਂ ਬਣੀਆਂ ਉਹਦੇ ਵਿੱਚ ਉਹ 10,000 ਜਾਂ 15,000 ਹੋਰ ਉਹ ਨਹੀਂ ਪਾਈ, 16,67,500 ਸਮਥਿੰਗ ਜਿਹੜੀ ਵੋਟ ਕਾਊਂਟ ਕੀਤੀ, ਟੋਟਲ ਵੋਟ ਆ ਜਿਹੜੀ ਫਿਰੋਜ਼ਪੁਰ ਦੀ। ਔਰ ਕੋਈ 10,000 ਕਹਿੰਦੇ ਜਿਹੜੀ ਨਵੀਂ ਉਹ ਵਿੱਚ ਨਹੀਂ ਹੋਊਗੀ, 17 ਫਿਰੋਜ਼ਪੁਰ ਦੀ ਹੈ। ਤਾਂ 9, 10, 9, 10, 8 ਇੱਥੇ ਕੋਈ ਜਿਹੜੀ ਪੋਲਿੰਗ ਇੰਨੀ ਕੁ ਹੁੰਦੀ ਹੈ। ਤਾਂ ਮੈਂ ਸਮਝਦਾ ਕਿ ਜਿਹੜਾ ਬੰਦਾ 2.5 ਲੱਖ ਲੈ ਗਿਆ ਵੋਟ, ਕਿਉਂਕਿ ਕੰਪੀਟੀਸ਼ਨ ਹਾਰਡ ਹੈ, 2.5-3 ਲੱਖ ਲੈਂਦਾ ਵੋਟ, ਤਾਂ ਉਹ ਜੇਤੂ ਕਰਾਰ ਹੋਏਗਾ ਇੱਥੋਂ। ਦੇਖੋ ਜਿਵੇਂ ਤੁਸੀਂ ਦੱਸਿਆ, ਕਾਕਾ ਬਰਾੜ ਜਗਦੀਪ ਸਿੰਘ ਮੁਕਤਸਰ ਤੋਂ MLA ਹੈਗੇ ਨੇ, ਠੀਕ ਹੈ, ਉਹ MLA ਜਿੱਤੇ ਹੋਏ ਨੇ, ਉਹਨਾਂ ਨੂੰ ਟਿਕਟ ਦਿੱਤੀ ਹੈ। ਸ਼ੇਰ ਸਿੰਘ ਘੁਬਾਇਆ ਪਿਛਲੀ ਵਾਰੀ ਵੀ ਕਾਂਗਰਸ ਤੋਂ ਸੁਖਬੀਰ ਬਾਦਲ ਤੋਂ 2 ਲੱਖ ਵੋਟ ਨਾਲ ਹਾਰ ਗਏ ਸੀ। ਉਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਸੰਸੀ ਸਕੱਤਰ ਵੀ ਰਹੇ, ਜਲਾਲਾਂਵਾਲ ਤੋਂ ਬਹੁਤ ਮਾਰਜਨ ਦੇ ਨਾਲ ਜਿੱਤੇ ਸੀ। ਉਸ ਤੋਂ ਬਾਅਦ ਸੰਸੀ ਸਕੱਤਰ ਦੇ ਨਾਲ ਹੀ ਉਹਨਾਂ ਨੂੰ ਅਕਾਲੀ ਦਲ ਨੇ ਸੰਸਦ ਲੋਕ ਸਭਾ ਤੋਂ ਲੜਾਇਆ, ਔਰ 2 ਵਾਰੀ ਲਗਾਤਾਰ ਉਹ MP ਬਣੇ ਨੇ ਫਿਰੋਜ਼ਪੁਰ ਤੋਂ, ਔਰ ਮਾਰਜਨ ਦੇ ਨਾਲ। ਇੱਕ ਵਾਰੀ ਉਹਨਾਂ ਨੇ ਜਗਮੀਤ ਬਰਾੜ ਨੂੰ ਹਰਾਇਆ, ਔਰ ਦੂਜੀ ਵਾਰੀ ਸੁਨੀਲ ਜਾਖੜ ਹੋਰਾਂ ਨੂੰ ਹਰਾਇਆ। ਇਹ ਸੀਟ ਤੋਂ ਵੱਡੇ ਚਿਹਰੇ ਸਨ ਇਹ ਸਾਡੇ ਹਲਕੇ ਦੇ, ਉਹਨਾਂ ਨੂੰ ਹਰਾ ਕੇ ਉਹ ਮੈਦਾਨ ਦੇ ਵਿੱਚ ਆਏ। ਕਾਮ ਕਰਦੇ ਜਿਹੜੇ ਇੱਕ ਪੱਠੇ ਤੇ ਮੁਨੀਮ ਕਰਨ ਦਾ ਕੰਮ ਕਰਦੇ ਸੀ, ਜੋਰਾ ਸਿੰਘ ਮਾਨ ਨੇ ਉਹਨਾਂ ਨੂੰ ਅਕਾਲੀ ਦਲ ਚ ਲਿਆਂਦਾ ਸੀ, ਤੇ ਜੋਰਾ ਸਿੰਘ ਦੀ ਪੀੜ ਖੋਣ ਵਿੱਚ ਉਹੀ ਬੰਦਾ ਸਹਾਈ ਹੋ ਗਿਆ। ਉਸੇ ਬੰਦੇ ਨੂੰ ਖੋਹ ਕੇ ਅਕਾਲੀ ਦਲ ਨੇ ਉਹਨਾਂ ਨੂੰ ਦੇ ਦਿੱਤੀ ਸੀ। ਇਹ ਕਹਿੰਦੇ ਕਿ ਅਸੀਂ ਕਈ ਰਿਪੈਰ ਤੇ, ਤਾਂ ਹੀ ਲੀਡਰ ਕਿਤੇ ਨਾ ਕਿਤੇ ਕਹਿੰਦੇ ਕਿ ਭਰਾ ਦਾ ਵੀ ਸਕਾ ਨਹੀਂ ਹੁੰਦਾ, ਸ਼ਾਇਦ ਰਾਜਨੀਤੀ ਇਸੇ ਕਰਕੇ ਇਹਨੂੰ ਕਹਿੰਦੇ ਰਾਜਨੀਤੀ। ਤਾਂ ਜੋਰਾ ਸਿੰਘ ਮਾਨ ਲਗਾਤਾਰ 3 ਵਾਰੀ ਇੱਥੋਂ ਜਿੱਤੇ, ਕੰਟੀਨਿਊ ਉਹਨਾਂ ਨੇ ਹੈਟ੍ਰਿਕ ਮਾਰੀ, ਔਰ ਉਹਨਾਂ ਦਾ ਇੱਕ ਨਾਂ ਸੀਗਾ ਫਿਰੋਜ਼ਪੁਰ ਦੇ ਵਿੱਚ ਕਿ ਜੋਰਾ ਸਿੰਘ ਮਾਨ ਜਿਹੜਾ ਮੂੰਹ ਕੱਢਦਾ ਗੱਲ ਉਹ ਪੂਰੀ ਕਰਦਾ। ਔਰ ਖਾਸ ਕਰਕੇ ਉਹਨਾਂ ਦੀ ਇੱਕ ਇਹ ਖਾਸੀਅਤ ਵੀ ਮੰਨੀ ਜਾਂਦੀ ਸੀ ਕਿ ਉਹਨਾਂ ਨੇ ਜਿੰਨੀਆਂ ਗ੍ਰਾਂਟਸ ਆਈਆਂ ਉਹਨਾਂ ਨੇ ਯੂਟੀਲਾਈਜ਼ ਕੀਤਾ, ਉਹਨਾਂ ਨੂੰ ਪੂਰੀਆਂ ਦੀ ਪੂਰੀਆਂ ਵੰਡਦਾ ਸੀ। ਹਾਲਾਂਕਿ ਬਹੁਤ ਸਾਰੇ MP ਦੀਆਂ ਜਿਹੜੀਆਂ ਲੈਂਡ ਹੁੰਦੀ ਹੈ, ਜੋ ਵੀ ਗ੍ਰਾਂਟ ਹੁੰਦੀ ਹੈ, ਉਹ ਸਾਰੀ ਦੀ ਸਾਰੀ ਪਿਛਾ ਵਾਪਸ ਮੋੜਦੇ ਆ। ਉਹ ਪਤਾ ਨਹੀਂ ਕਿਉਂ ਵੰਡ ਹੀ ਨਹੀਂ ਪਾਉਂਦੇ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਪਰ ਤੁਹਾਨੂੰ ਲੱਗਦਾ ਗੁਰਨਾਮ ਜੀ, ਜਿਵੇਂ ਤੁਸੀਂ ਦੱਸਦੇ ਕਿ ਜੋਰਾ ਸਿੰਘ ਮਾਨ ਉਹਨਾਂ ਨੇ ਬੜਾ ਕੰਮ ਕੀਤਾ ਹੈਗਾ, ਪਰ ਜਿਹੜੀ ਉਹਨਾਂ ਦੀ ਸਿਆਸੀ ਵਿਰਾਸਤ ਸੀ ਉਹ ਨਾ ਨੋਨੀ ਮਾਨ ਸੰਭਾਲ ਪਾਇਆ ਤੇ ਨਾ ਬੌਬੀ ਮਾਨ ਸੰਭਾਲ ਪਾਇਆ? ਬਿਲਕੁਲ, ਨੋਨੀ ਮਾਨ ਜਿਹੜਾ ਵਰਦੇਵ ਸਿੰਘ ਮਾਨ, ਉਹ ਲਗਾਤਾਰ ਰਾਣਾ ਸੋਢੀ ਹਰਾਂ ਤੋਂ ਹਾਰੇ ਆ, 3 ਵਾਰੀ ਹਾਰੇ ਉਹ ਗੁਰੂ ਹਰ ਸਾਹਿਬ ਤੋਂ। ਬੌਬੀ ਮਾਨ ਕਹਿੰਦੇ ਅਸੀਂ ਇੱਥੇ, ਉਹਨਾਂ ਨੂੰ ਸੀਟ ਮਿਲੀ ਹੈ। ਹਾਲਾਂਕਿ ਚਲੋ, ਅਕਾਲੀ ਦਲ ਦਾ ਇੱਕ ਢਾਂਚਾ ਹੈ, ਜੇ ਉਹਦੀ ਵੋਟ ਅਸੀਂ ਗਿਣਦੇ ਹਾਂ ਤਾਂ ਉਹਦੀ ਕਿਤੇ ਨਾ ਕਿਤੇ ਵੋਟ ਬੈਂਕ ਖੜਾ ਹੋਇਆ ਇੱਕ ਜਗ੍ਹਾ ਤੇ। ਜੇ ਅਸੀਂ ਕਹੀਏ ਵੀ ਇੱਥੇ ਬਹੁਤੀ ਜ਼ਿਆਦਾ ਵੋਟ ਇੱਥੋਂ ਟੁੱਟ ਕੇ ਨਹੀਂ ਗਈ, ਜਿਹੜਾ ਪਿਛਲੇ ਇਲੈਕਸ਼ਨ ਦੀ ਗੱਲ ਕਰਦੇ ਅਸੀਂ, ਤਾਂ ਜਿਹੜਾ ਫਿਰੋਜ਼ਪੁਰ ਦਿਹਾਤੀ ਦੀ ਗੱਲ ਕਰਦੇ, ਇੱਥੋਂ ਵੀ ਉਹ ਗਰੋ ਹੋਇਆ, 3-4 ਹਜ਼ਾਰ ਵੋਟ ਵਧੀ ਸੀ ਪਿਛਲੀ ਵਾਰ। ਜੇ ਗੁਰੂ ਹਰ ਸਾਹਿਬ ਤੋਂ ਜਿੱਥੋਂ ਨੋਨੀ ਮਾਨ ਕੇ ਦੁਬਾਰਾ ਹਾਰ ਗਏ, ਕਿਉਂਕਿ ਹਾਰਨ ਦਾ ਕਾਰਨ ਇਹ ਸੀ ਕਿ ਕਾਂਗਰਸ ਦਾ ਉਮੀਦਵਾਰ ਜਿਹੜਾ ਹੈ ਉਹਨੂੰ ਸਿਰਫ 5,000 ਵੋਟ ਹੀ ਪਈ ਸੀ, ਜਿੱਥੋਂ ਰਾਣਾ ਸੋਢੀ ਲਗਾਤਾਰ ਜਿੱਤ ਰਿਹਾ ਸੀ, ਉਹਨੂੰ 5-6 ਹਜ਼ਾਰ ਵੋਟ ਪਈ ਸੀ ਕਾਲੜਾ ਸਾਹਿਬ ਨੂੰ। ਤਾਂ ਉਹ ਸਾਰੀ ਦੀ ਸਾਰੀ ਕਾਂਗਰਸ ਵੀ ਕਨਵਰਟ ਹੋ ਗਈ ਆਮ ਆਦਮੀ ਪਾਰਟੀ ਨੂੰ। ਔਰ ਜੋਰਾ ਸਿੰਘ ਮਾਨ ਦੇ ਫੈਮਿਲੀ ਬਾਰੇ ਇਹ ਕਿਹਾ ਜਾਂਦਾ ਸੀ, ਜੇ ਐਤਕੀ ਵੀ ਹਾਰ ਗਏ ਤਾਂ ਇਹ ਕਦੇ ਜਿੱਤਦੇ ਨਹੀਂ, ਤੇ ਉਹ ਫਿਰ ਹਾਰ ਗਏ, ਉਹਨਾਂ ਦੀ ਕਿਸਮਤ ਕਹਿ ਲਓ। ਹਾਲਾਂਕਿ ਵੋਟ ਬੈਂਕ ਉਹਨਾਂ ਦਾ 8-10 ਹਜ਼ਾਰ ਵੱਧ ਗਿਆ। ਬੇਟੇ ਦਾ ਦੇਖੋ, ਪੁਰਾਣੇ ਇਲੈਕਸ਼ਨ ਤਾਂ ਹੈਗੇ ਆ, ਅਕਾਲੀ ਦਾ ਵੋਟ ਬੈਂਕ, ਅਕਾਲੀ ਦਲ ਦਾ ਵੋਟ ਬੈਂਕ ਵੀ ਖੜਾ, ਪਰ ਹੁਣ ਸ਼ੇਰ ਸਿੰਘ ਘੁਬਾਏ ਨੂੰ ਜਦੋਂ ਟਿਕਟ ਦੇ ਦਿੱਤੀ ਕਿ ਤਾਂ ਬਰਾਦਰੀ ਪੱਤਾ ਜਿਹੜਾ ਉਹ ਫਿਰ ਕਿਤੇ ਨਾ ਕਿਤੇ ਹਾਵੀ ਹੋਏਗਾ। ਹਾਲਾਂਕਿ ਰਾਜ ਸਿੰਘ ਬਰਾਦਰੀ ਕੁਛ ਨਾਰਾਜ਼ ਜ਼ਰੂਰ ਚੱਲ ਰਹੀ ਹੈ, ਪਿਛਲੀ ਵਾਰ ਵੀ ਨਾਰਾਜ਼ਗੀ ਹੋਣ ਕਰਕੇ। ਇੱਕ ਗੁਰਨਾਮ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਫਿਰੋਜ਼ਪੁਰ ਜਿਹੜੀ ਸੀਟ ਆ, ਇੱਥੇ
ਭਾਈਚਾਰਾ ਬੜਾ ਮਹੱਤਵ ਰੱਖਦਾ ਵੀ ਕੰਬੋਜ ਭਾਈਚਾਰਾ ਜਾਂ ਰਾਜਸਿਕ ਭਾਈਚਾਰਾ। ਕਿਤੇ ਇਹ ਤਾਂ ਨਹੀਂ ਕਿ ਜਿਹੜਾ ਕੰਬੋਜ ਭਾਈਚਾਰਾ, ਜੱਟ ਭਾਈਚਾਰਾ, ਅਰੋੜਾ ਬਰਾਦਰੀ ਜਾਂ ਹੋਰ ਜਿਹੜੀਆਂ ਬਰਾਦਰੀਆਂ, ਉਹ ਰਾਜਸਿੱਖ ਉਮੀਦਵਾਰ ਨੂੰ ਪੈਂਦੀਆਂ ਨੇ ਅਤੇ ਰਾਜਸਿੱਖ ਜਿਹੜੀ ਵੋਟ ਆ ਦੂਜੀਆਂ ਉਮੀਦਵਾਰਾਂ ਨੂੰ ਪੈ ਜਾਂਦੀ ਹੋਵੇ? ਨਹੀਂ ਦੇਖੋ ਜੀ, ਇੱਥੇ ਨਾ ਹਾਲਾਤ ਇਹ ਹੈ ਕਿ ਜੇ ਤੁਸੀਂ ਕਹੋ ਕੰਬੋਜ ਭਾਈਚਾਰਾ ਇੱਕ ਪਾਸੇ ਵੋਟ ਪਾਉਂਦਾ ਤਾਂ ਇਹ ਨਹੀਂ ਹੋਇਆ, ਕਿਉਂਕਿ ਹੰਸਰਾਜ ਜੋਸਨ ਵੀ ਇੱਥੋਂ ਹਾਰ ਚੁੱਕੇ ਨੇ MP ਦੀ ਸੀਟ। ਜੇ ਉਹਨੂੰ ਸਾਰੀ ਬਰਾਦਰੀ ਦੀ ਵੋਟ ਪੈ ਜਾਂਦੀ ਤਾਂ ਉਹ ਜਿੱਤ ਜਾਂਦੇ। ਉਹ ਜਲਾਲਾਬਾਦ ਤੋਂ ਵੀ ਹਾਰ ਗਿਆ, ਉੱਥੇ ਵੀ ਕੰਬੋਜ ਬਰਾਦਰੀ ਦੀ ਬਹੁਤ ਜ਼ਿਆਦਾ ਵੋਟ ਹੈਗੀ ਆ, ਉੱਥੋਂ ਵੀ ਹਾਰ ਗਿਆ। ਕੰਬੋਜ ਬਰਾਦਰੀ ਦੀ ਵੋਟ ਇਕੱਠੀ ਇੱਕ ਪਾਸੇ ਪੋਲ ਨਹੀਂ ਹੋਈ ਕਦੇ ਵੀ। ਰਾਜਸਿੱਖ ਰਾਜਸਿੱਖ ਪੈਂਦੀ, ਰਾਜਸਿੱਖ ਵੋਟ, ਰਾਜਸਿੱਖ ਵੋਟ ਇਕੱਠੀ ਪੈ ਜਾਂਦੀ ਲਗਭਗ ਰਾਜਸਿੱਖ। ਤੁਸੀਂ ਇਹ ਦੇਖੋ ਵੀ ਅਕਾਲੀ ਦਲ ਨਹੀਂ ਜਿੱਤਿਆ ਸੀ ਜਦੋਂ ਸ਼ੇਰ ਸਿੰਘ ਖੜਾ, ਸ਼ੇਰ ਸਿੰਘ ਘੁਬਾਇਆ ਜਿੱਤਿਆ ਸੀਗਾ, ਕਿਉਂਕਿ ਉਹ ਬਰਾਦਰੀ ਦਾ ਬੰਦਾ ਸੀ ਔਰ ਬਰਾਦਰੀ ਸਾਰੀ ਦੀ ਸਾਰੀ ਉਲਟ ਗਈ। ਹੁਣ ਜਗਤਾਰ ਭੁੱਲਰ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਾਜਸਿੱਖ ਬਰਾਦਰੀ ਚ ਇੱਕ ਹੋਰ ਜਿਹੜਾ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਅੰਗਰੇਜ਼ ਸਿੰਘ ਵੜਵਾਲ ਖੜ ਗਿਆ, ਉਹ ਨੌਜਵਾਨ ਹੈ, ਸਾਬਕਾ ਫੌਜੀ ਹੈ, ਔਰ ਉਹ ਵੋਟ ਜਿਹੜੀ ਆ ਰਾਜਸਿੱਖ ਬਰਾਦਰੀ ਦੀ ਬਹੁਤ ਜ਼ਿਆਦਾ ਤੋੜੇਗਾ, ਇਹ ਕਿਹਾ ਜਾ ਸਕਦਾ। ਅੱਜ ਦੇ ਹਾਲਾਤ ਨੇ ਉਹਦੀ ਪਕੜ ਜਿਹੜੀ ਆ ਰਾਜਸਿੱਖ ਬਰਾਦਰੀ ਚ ਕਾਫੀ, ਕਿਉਂਕਿ 1.5 ਸਾਲ ਤੋਂ ਵਰਕ ਕਰ ਰਿਹਾ ਸੀ ਕਿ ਮੈਨੂੰ ਟਿਕਟ ਮਿਲ ਜਾਣੀ, ਪਰ ਪਾਰਟੀ ਨੇ ਉਹਨੂੰ ਟਿਕਟ ਨਹੀਂ ਦਿੱਤੀ। ਉਹ ਟਿਕਟ ਨਾ ਦੇਣ ਕਰਕੇ ਜਿੱਥੇ ਆਮ ਆਦਮੀ ਪਾਰਟੀ ਦੀ ਵੋਟ ਤੋੜੇਗਾ, ਉੱਥੇ ਰਾਜਸਿੱਖ ਬਰਾਦਰੀ ਜਿਹੜੀ ਕਾਂਗਰਸ ਨਾਲ ਘੁਬਾਏ ਨਾਲ ਕਹਿ ਲਓ ਕੋਈ ਜੁੜੀ ਹੋਈ ਸੀ, ਉਹ ਵੀ ਕਿਤੇ ਨਾ ਕਿਤੇ ਟੁੱਟੀ ਦੀ। ਹੋਰ ਇਹ ਵੀ ਕਨਸੂਮਾ ਬਾਹਰ ਨਿਕਲ, ਕਿਉਂਕਿ ਰਾਤ ਦੇ 2-2 ਵਜੇ ਤੱਕ ਅੰਗਰੇਜ਼ ਸਿੰਘ ਦੇ ਘਰ ਘੁਬਾਇਆ ਸਾਹਿਬ ਦੇ ਬੰਦੇ ਬੈਠੇ ਰਹਿੰਦੇ ਕਿ ਇਹਨੂੰ ਮਨਾਓ, ਜੇ ਬੈਠ ਜਾਂਦਾ ਤਾਂ ਘੁਬਾਏ ਦਾ ਸਿੱਧਾ ਐਂ ਲੱਗਦਾ ਕਿ ਜਿੱਤ ਉਹਦੇ ਨੇੜੇ ਹੋ ਸਕਦੀ ਹੈ, ਜੇ ਉਹ ਨਹੀਂ ਬੈਠਦਾ ਤਾਂ ਘੁਬਾਇਆ ਸਾਹਿਬ ਲਈ ਇਹ ਹਾਂ ਉਹ ਹੋ ਸਕਦਾ ਉਹਦੇ ਜੋੜਾਂ 'ਚ ਬਹਿ ਸਕਦਾ। ਅੱਛਾ ਗੁਰਨਾਮ ਜੀ, ਇੱਕ ਦੱਸੋ, ਇੱਕ ਤਾਂ BJP ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਿਸਾਨਾਂ ਵੱਲੋਂ ਵਿਰੋਧ ਵੀ ਹੋ ਰਿਹਾ, ਉਹ ਪਿੱਛੇ ਜਿਹੇ ਤਾਂ ਉਹਨਾਂ ਨੇ ਕਾਫੀ ਸਿੱਧੀ ਚੇਤਾਵਨੀ ਵੀ ਦਿੱਤੀ ਕਿ ਇਲੈਕਸ਼ਨ ਲੜ ਕੇ ਦੇਖ ਲਓ। ਇੱਕ ਤਾਂ ਕਿਸਾਨਾਂ ਵੱਲੋਂ ਚੁਣੌਤੀ ਗੁਰਮੀਤ ਸਿੰਘ ਸੋਢੀ ਸਾਹਿਬ ਉਹਨਾਂ ਨੂੰ, ਦੂਜੇ ਪਾਸੇ ਕਿਉਂਕਿ ਉੱਥੇ ਜਾਖੜ ਪਰਿਵਾਰ ਬੈਠਾ ਹੈਗਾ ਅਤੇ ਉਹ ਤੁਹਾਨੂੰ ਪਤਾ ਕਿ ਜਾਖੜਾਂ ਦੀ ਅਤੇ ਔਰ ਸੋਢੀਆਂ ਦੀ ਆਪਸ ਵਿੱਚ ਬੰਦ ਹੀ ਨਹੀਂ ਹੈਗੀ, BJP ਦੀ ਕੀ ਸਥਿਤੀ ਫਿਰ ਇਸ ਵਾਰ? ਦੇਖੋ ਜੀ, BJP ਜਿਹੜਾ ਰਾਣਾ ਸੋਢੀ ਹੋਰਾਂ ਨੂੰ ਬਹੁਤ ਟਿਕਟ ਬੜੀ ਅਨਾਊਂਸ ਜਿਹੜੀ ਆ ਲੇਟ ਹੋਈ ਆ, ਉਹਨਾਂ ਨੇ ਹੁਣੇ 2-4 ਦਿਨ ਤੋਂ ਜਿਹੜਾ ਆਪਣਾ ਪ੍ਰਚਾਰ ਸ਼ੁਰੂ ਕੀਤਾ, ਪਿੱਛੇ ਬੱਲੂਆਣੇ ਦੇ ਪਿੰਡਾਂ 'ਚ ਗਏ ਆ, ਮਲੋੜ ਦੇ ਪਿੰਡਾਂ, ਅੱਜ ਦੀ ਜਿਹੜੀ ਖਬਰ ਸੀ ਫਾਜ਼ਿਲਕਾ ਦੇ ਪਿੰਡਾਂ 'ਚ ਦੌਰੇ ਕਰ ਰਿਹਾ, ਉਹਨੇ ਆਪਣੀ ਸਾਰੀ ਫੈਮਿਲੀ ਨੂੰ ਤੋਰਿਆ ਹੋਇਆ, ਬੇਟਾ ਇੱਕ ਇੱਥੇ ਬੈਠਾ ਹੈ, ਇੱਕ ਹਲਕੇ ਦੂਜਾ ਬੇਟਾ ਬੈਠਾ ਹੈ, ਦੂਜੇ 'ਚ ਇੱਕ ਵਾਈਫ ਬੈਠੀ ਹੋਈ ਹੈ, ਤੀਜੇ 'ਚ ਉਹਨਾਂ ਦੀ ਨੂੰਹ ਬੈਠੀ ਹੋਈ, ਇੱਕ 'ਚ ਉਹਦੀ ਬੇਟੀ ਬੈਠੀ ਹੈ, ਸਾਰੇ ਹਲਕਿਆਂ 'ਚ ਕਿਤੇ ਨਾ ਕਿਤੇ ਉਹਨਾਂ ਨੇ ਆਪਦੇ ਬੰਦੇ ਖਿਲਾਰ ਦਿੱਤੇ। ਰਾਣਾ ਸਾਹਿਬ ਸੋਢੀ ਹੋਰਾਂ ਦਾ ਜ਼ਿਆਦਾ ਵਿਰੋਧ ਇਸ ਕਰਕੇ ਵੀ ਨਹੀਂ ਹੋ ਰਿਹਾ, ਹੋ ਤਾਂ ਰਿਹਾ ਨੋ ਡਾਊਟ ਕਿ ਕਿਸਾਨਾਂ ਨੇ ਇੱਥੇ ਫਿਰੋਜ਼ਪੁਰ 'ਚ ਇੱਕ ਜਗ੍ਹਾ ਵਿਰੋਧ ਕੀਤਾ, ਕੱਲ੍ਹ ਵੀ ਉਹਨਾਂ ਦਾ ਮਲੋੜ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ, ਇੱਕ ਪਿੱਛੇ ਮੇਰੇ ਖਿਆਲ ਬੱਲੂਆਣੇ ਦੇ ਵਿੱਚ ਵੀ ਵਿਰੋਧ ਹੋਇਆ ਸੀ। ਜਿੰਨਾ ਵਿਰੋਧ ਭਾਜਪਾ ਉਮੀਦਵਾਰਾਂ ਦਾ ਜਿਵੇਂ ਹੰਸਰਾਜ ਹੰਸੋਰਾਂ ਦਾ ਹੋ ਰਿਹਾ ਜਾਂ ਹੋਰ ਕਈਆਂ ਦਾ ਹੋ ਰਿਹਾ, ਉਹਨਾਂ ਵਿਰੋਧ ਨਹੀਂ ਹੋ ਰਿਹਾ। ਉਹਦੇ ਪਿੱਛੇ ਕਾਰਨ ਇਹ ਹੈ ਕਿ ਰਾਣਾ ਸੋਢੀ ਕਿਤੇ ਨਾ ਕਿਤੇ ਪਿੰਡਾਂ ਦੇ ਨਾਲ ਸਿੱਧੇ ਜੁੜੇ ਵੀ ਹੋਏ ਨੇ, ਉਹਨਾਂ ਦੇ ਪਿੰਡਾਂ ਦੇ ਨਾਲ ਸੰਬੰਧ ਵੀ ਹੈਗੇ ਨੇ, ਕਿਤੇ ਯਾਰੀਆਂ ਦੋਸਤੀਆਂ ਵੀ ਹੈਗੀਆਂ ਨੇ, ਉਹਨਾਂ ਦੇ ਸੰਪਰਕ ਹੈਗੇ, ਰਿਸ਼ਤੇਦਾਰੀਆਂ ਉਹਨਾਂ ਦੀਆਂ ਕਾਫੀ ਫਿਰੋਜ਼ਪੁਰ ਹਲਕੇ ਦੇ ਵਿੱਚ ਫੈਲੀਆਂ ਹੋਈਆਂ ਨੇ। ਸ਼ਹਿਰੀ ਵੋਟ ਜਿਹੜੀ ਆ ਉਹ, ਕਿਉਂਕਿ ਸਾਰੀ ਦੀ ਸਾਰੀ ਸ਼ਹਿਰੀ ਪੋਲ ਨਹੀਂ ਹੋਣੀ ਹੁੰਦੀ, ਇਹ ਵੀ ਆਪਾਂ ਨੂੰ ਪਤਾ, ਤੇ ਦੂਜੀ ਗੱਲ ਇਹ ਹੁੰਦੀ ਕਈ ਵਾਰੀ ਅਸੀਂ ਇਹ ਵੀ ਇੱਕ ਧਾਰਨਾ ਲੈ ਕੇ ਬੈਠੇ ਹਾਂ ਕਿ ਜੇ ਸ਼ਹਿਰੀ ਵੋਟ ਸਾਰੀ ਮੋਦੀ ਤਾਂ ਮੋਦੀ, ਪਰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਤਾਂ ਸ਼ਹਿਰਾਂ ਦੀ ਵੋਟ ਜਿਹੜੀ ਪਰਸੈਂਟੇਜ ਆ ਪੋਲਿੰਗ ਦੀ ਉਹ ਬਹੁਤ ਘੱਟ ਆਉਂਦੀ ਹੈ, ਫਿਰੋਜ਼ਪੁਰ ਡਿਸਟ੍ਰਿਕਟ ਦੇ ਨੁਮਾਇੰਦੇ ਨੇ ਤੇ ਜਗਦੀਪ ਸਿੰਘ ਕਾਕਾ ਬਰਾੜ ਮੁਕਤਸਰ ਤੋਂ ਆ ਰਹੇ ਨੇ, ਚਾਹੇ ਲੋਕ ਸਭਾ ਹਲਕੇ ਦਾ ਪਾਰਟ ਹੀ ਆ ਮੁਕਤਸਰ, ਕੋਈ ਏਦਾਂ ਦੀ ਗੱਲ ਵੀ ਹੈ ਕਿ ਕਾਕਾ ਬਰਾੜ ਬਾਹਰ ਹੀ ਆ?
ਨਹੀਂ ਗੱਲ ਤਾਂ ਉਹ ਤਾਂ ਕਿਉਂਕਿ ਹਲਕਾ ਮੁਕਤਸਰ ਹੈਗਾ, ਇੱਕ ਤਾਂ ਸਾਡੇ ਵਾਲੇ ਲੋਕ ਜ਼ਰੂਰ ਹੈ ਜਿਹੜੀ ਬੈਲਟ ਹੈ ਕਹਿੰਦੇ ਨਹੀਂ ਜੀ ਉਹ ਤਾਂ ਉੱਧਰ ਤਾਂ ਹੈਗਾ ਹਨਾ, ਇਹ ਗੱਲ ਤਾਂ ਕਿਤੇ ਨਾ ਕਿਤੇ ਚੱਲਦੀ ਹੈ। ਪਰ ਉਹ ਹਲਕਾ ਮੁਕਤਸਰ ਜ਼ਿਲ੍ਹਾ ਜਿਹੜਾ ਹੈਗਾ ਉਹ ਫਿਰੋਜ਼ਪੁਰ 'ਚ ਹੀ ਪੈਂਦਾ ਹਲਕੇ, ਕਿਉਂਕਿ ਤਿੰਨ ਜ਼ਿਲ੍ਹਿਆਂ ਨੂੰ ਲੈ ਕੇ ਬੈਠਾ ਹੋਇਆ, ਸਮੋ ਕੇ ਬੈਠਾ ਹੋਇਆ, ਉਹਨੂੰ ਅਸੀਂ ਬਾਹਰ ਹੀ ਨਹੀਂ ਕਹਿ ਸਕਦੇ। ਆਮ ਲੋਕ ਜਿਹੜੇ ਹੈਗੇ ਪਿੰਡਾਂ ਦੇ, ਉਹਨਾਂ ਵਿੱਚ ਇਹ ਪ੍ਰਚਾਰ ਜ਼ਰੂਰ ਦੂਜੀਆਂ ਪਾਰਟੀਆਂ ਦੇ ਲੋਕ ਕਰਦੇ ਆ ਕਿ ਨਹੀਂ ਉਹ ਬਾਹਰੀ ਉਮੀਦਵਾਰ ਹੈਗਾ, ਇਹ ਚੀਜ਼ਾਂ ਕਾਊਂਟ ਕਿਤੇ ਨਾ ਕਿਤੇ ਕਰਦੀਆਂ ਨੇ ਕਿ ਉਹ ਨਹੀਂ ਜੀ ਉਹ ਸਾਡੀ ਪਹੁੰਚ ਨਹੀਂ ਆਉਣਾ, ਉਹ ਦੂਰ ਬੈਠਾ ਹੋਇਆ। ਹਾਲਾਂਕਿ ਉੱਧਰਲੇ ਇਹ ਵੀ ਕਹਿੰਦੇ ਹੋਣਗੇ ਕਿ ਇਹ ਸਾਡੀ ਪਹੁੰਚ ਜੀ, ਇਹ ਵੀ ਹੋਊਗਾ ਹਨਾ। ਇਹ ਚੀਜ਼ਾਂ ਤਾਂ ਆਉਂਦੀਆਂ ਆਉਂਦੀਆਂ ਨੇ ਜਦੋਂ, ਕਿਉਂਕਿ ਉਹ ਹਲਕੇ ਦੇ ਹੈਗੇ ਆ, ਹਲਕੇ ਦੇ ਵਿੱਚ ਹੀ ਲੜ ਰਹੇ ਆ। ਹਾਲਾਂਕਿ ਰਾਈਟ ਤਾਂ ਕਿਤੋਂ ਵੀ ਆ ਕੇ ਕੋਈ ਲੜ ਸਕਦਾ, ਪਰ ਬਾਹਰੀ ਉਮੀਦਵਾਰ ਦਾ ਇੱਕ ਠੱਪਾ ਜਿਹੜਾ ਜ਼ਰੂਰ ਲੱਗਦਾ। ਹਾਂ ਅੱਛਾ, ਅਗਰ 5 ਮਹੀਨਿਆਂ ਦੀ ਸਰਕਾਰ ਦੀ ਪਰਫੋਰਮੈਂਸ ਦੇ ਗੱਲ ਕੀਤੀ ਜਾਵੇ, ਜਿਹੜੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਅਤੇ ਕਈ ਉਹਨਾਂ ਨੇ ਵਾਅਦੇ ਪੂਰੇ ਵੀ ਕੀਤੇ ਨੇ, ਖਾਸ ਕਰਕੇ ਅਗਰ ਬਿਜਲੀ ਵਾਲਾ ਵਾਅਦਾ ਆਵੇ, ਲੋਕ ਕਿੰਨੇ ਕੀ ਖੁਸ਼ ਆ? ਬਿਜਲੀ ਫੈਕਟਰ ਹੈ ਫਿਰੋਜ਼ਪੁਰ ਦੇ ਵਿੱਚ ਵੀ ਜੀ, ਮੁਫ਼ਤ ਜਿਹੜੀ ਬਿਜਲੀ ਦਿੱਤੀ ਜਾ ਰਹੀ ਹੈ? ਨਹੀਂ ਠੀਕ ਹੈ ਬਿਲਕੁਲ, ਜੇ ਜੇ ਉਹ ਗੱਲਾਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਫੈਕਟ ਤਾਂ ਕਰਦੀਆਂ ਨੇ, ਕਿਉਂਕਿ ਆਮ ਗਰੀਬ ਘਰਾਂ ਨੂੰ ਉਹਦਾ ਬੈਨੀਫਿਟ ਹੋਇਆ। ਬਿਜਲੀ ਜਿਹੜੀ 600 ਯੂਨਿਟ ਮਾਫ ਕੀਤੀ ਹੈ, ਪਰ ਲੋਕਾਂ ਨੂੰ ਇਹ ਵੀ ਕਿਤੇ ਨਾਰਾਜ਼ਗੀ ਸੀ 600 ਪੂਰੀ ਟੋਟਲੀ ਕਰ ਦਿੰਦੇ ਸਾਨੂੰ, ਵੀ 600 ਯੂਨਿਟ ਟੋਟਲ ਮਾਫ ਤੁਹਾਨੂੰ ਜਾ ਕਿਵੇਂ, ਹੈ ਨਾ, ਕਿਉਂਕਿ ਹਰੇਕ ਬੰਦਾ ਮੀਟਰ ਦੇ ਵੇਖਦਾ ਰਹਿੰਦਾ ਜਦੋਂ 500 ਲੰਘ ਜਾਂਦਾ ਵੀ ਹੁਣ ਐਂ ਹੋ ਗਿਆ, ਐਂ ਹੋ ਗਿਆ, ਹੁਣ ਆਹ ਚੀਜ਼ ਬੰਦ ਕਰ ਦਿਓ। ਇੱਕ ਬੰਦੇ ਦਾ ਡਿਊਟੀ ਲੱਗ ਗਈ ਕਈਆਂ ਘਰਾਂ 'ਚ, ਜਿਹੜੀਆਂ ਮਿਡਲ ਫੈਮਿਲੀਆਂ, ਵੀ ਹੁਣ ਮੀਟਰ ਦੇ ਉੱਪਰ ਨਾ ਯੂਨਿਟ ਨਾ ਮਾਜਣ। ਇਹ ਕਿਤੇ ਨਾ ਕਿਤੇ ਮਤਲਬ ਹਾਸੋਹੀਣੀ ਜੀ ਗੱਲ ਹੁੰਦੀ ਹੈ ਵੀ ਇੱਕ ਯੂਨਿਟ ਵੀ ਟੱਪ ਗਿਆ ਤਾਂ ਸਾਰਾ ਬਿਜਲੀ ਦਾ ਬਿੱਲ ਦੇ ਦੇਣਾ, ਇਹ ਮਤਲਬ ਜਿਵੇਂ ਮਜ਼ਾਕ ਜਿਹਾ ਹੁੰਦਾ ਆਮ ਫੈਮਿਲੀਆਂ ਨਾਲ, ਮਿਡਲ ਫੈਮਿਲੀਆਂ ਨਾਲ ਖਾਸ ਕਰਕੇ। ਟੇਲਾਂ ਤੱਕ ਪਹੁੰਚ ਗਿਆ ਪਾਣੀ ਜੀ, ਬਿਜਲੀ ਵਾਲੀ ਸਥਿਤੀ ਟੇਲਾਂ ਤੱਕ ਪਹੁੰਚ ਗਿਆ ਪਾਣੀ ਤੁਹਾਡੇ ਟੇਲਾਂ ਤੱਕ ਜੀ? ਨਹੀਂ ਸਾਡੇ ਪਹਿਲਾਂ ਹੀ ਪਾਣੀ ਹੈ, ਸਾਡੇ ਕੋਲ ਨਵੀਂ ਨਹਿਰ ਨਹੀਂ ਬਣੀ, ਕੋਈ ਵੀ ਨਵੀਂ ਕੋਈ ਖੁਦਾਈ ਨਹੀਂ ਹੋਈ, ਕੋਈ ਨਵੀਂ ਨਹਿਰ ਨਹੀਂ ਬਣੀ, ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ, ਨਾ ਕੋਈ ਸੂਆ ਬਣਿਆ ਸਾਡੇ ਪਹਿਲਾਂ। ਭੁੱਲਰ ਸਾਹਿਬ ਮੈਂ ਦੱਸਣਾ ਚਾਹੁੰਦਾ ਸਾਡੇ ਪਾਣੀ ਅੱਜ ਤੋਂ 88-88 ਤੋਂ ਜਦੋਂ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ 88 ਤੋਂ ਪਹਿਲਾਂ ਸਾਡੇ ਖੂਹੀਆਂ ਜਿਹੜੀਆਂ ਉਹ 17-18 ਫੁੱਟ ਥੱਲੇ ਚਲੀ ਗਈਆਂ ਸੀ। 88 ਦਾ ਜਦੋਂ ਪਾਣੀ ਆਇਆ ਤਾਂ ਪਾਣੀ ਤੋਂ ਬਾਅਦ ਉਹ ਖੂਹੀਆਂ ਉੱਥੇ ਹੀ ਖੜ ਗਈਆਂ, ਹਾਲਾਂਕਿ ਕਈਆਂ ਨੇ ਘੱਟ ਕਰ ਦੀਆਂ, 10 ਫੁੱਟ ਤੇ ਆ ਗਈਆਂ, ਉਹ ਪਾਣੀ ਦਾ ਜਿਹੜਾ ਸਤਰ ਹੈ ਉੱਥੇ ਖੜਾ। ਉਸ ਤੋਂ ਬਾਅਦ ਜਿਵੇਂ ਜਿਵੇਂ ਹੜ ਆਏ ਗਏ, ਬੇਸ਼ੱਕ ਹੜਾਂ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ, ਪਰ ਉਹਦੇ ਨਾਲ ਫਿਰੋਜ਼ਪੁਰ ਦਾ ਪਾਣੀ ਜਿਹੜਾ ਉਹਦਾ ਲੈਵਲ ਜਿਹੜਾ ਹੈਗਾ ਉਹ ਉੱਥੇ ਖੜਾ ਹੋਇਆ। ਅਸੀਂ ਸਾਨੂੰ ਮਤਲਬ ਉਹ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਰਕਾਰ ਰੋਜ਼ ਦਾਅਵੇ ਕਰਦੀ ਕਿ ਅਸੀਂ ਇਸ ਵਾਰ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਹੈਗਾ, ਕਿਉਂਕਿ ਅਬੋਹਰ ਫਾਜ਼ਿਲਕਾ ਬੈਲਟ ਤੱਕ, ਮੇਰਾ ਕਹਿਣ ਦਾ ਮਤਲਬ ਫਿਰੋਜ਼ਪੁਰ ਨਹੀਂ ਅਬੋਹਰ ਫਾਜ਼ਿਲਕਾ ਨੂੰ ਵਿੱਚ ਕਾਊਂਟ ਕਰ ਲਈਏ, ਉੱਥੋਂ ਤੱਕ ਪਾਣੀ ਪਹੁੰਚਿਆ ਕਿ ਨਹੀਂ ਪਹੁੰਚਿਆ ਜੀ? ਨਹੀਂ ਪਹਿਲਾਂ ਹੀ ਬਣੀਆਂ ਹੋਈਆਂ ਸੀ, ਇਹ ਤਾਂ ਜਨਮੇਜਾ ਸਿੰਘ ਸਿੱਖੋਂ ਹੁੰਦੇ ਸੀਗੇ ਮਿਨਿਸਟਰ ਇਰੀਗੇਸ਼ਨ ਦੇ, ਤੇ ਉਹਨਾਂ ਦਾ ਇੱਕ ਪੱਕਾ ਬਿਆਨ ਸੀ ਜਦੋਂ ਅਖਬਾਰ 'ਚ ਲਿਖ ਦਿੰਦਾ ਟਿੱਬਿਆਂ ਤੇ ਪਾਣੀ ਚੜ੍ਹਾਉਣ ਵਾਲਾ ਮੰਤਰੀ, ਤਾਂ ਉਦੋਂ ਵੀ ਦਾਅਵਾ ਕਰਦਾ ਮੈਂ ਟਿੱਬਿਆਂ ਤੇ ਪਾਣੀ ਚੜ੍ਹਾਦਾ। ਨੋ ਡਾਊਟ ਉਹਨਾਂ ਨੇ ਜੋਰਾ ਸਿੱਖੋਂ ਦੀ ਗੱਲ ਕਰਦੇ ਆ ਉਹਨਾਂ ਦੀ, ਤਾਂ ਉਹਨਾਂ ਨੇ ਉਹ ਪਾਈਪਾਂ ਜਾਂ ਜਾਲ ਜਾਂ ਉਹ ਵਿਛਾਏ ਸੀਗੇ, ਉਦੋਂ ਹੋਇਆ ਸੀ ਵੀ ਟਿੱਬਿਆਂ ਤੱਕ ਵੀ ਪਾਣੀ ਲੈ ਗਿਆ, ਉਹਦੇ ਨਾਲ ਇੱਕ ਤਖੱਲਸ ਲੱਗ ਗਿਆ ਸੀ ਕਿ ਟਿੱਬਿਆਂ ਤੇ ਪਾਣੀ ਬਚਾਉਣ ਵਾਲਾ ਮੰਤਰੀ। ਇਹ ਅੱਜ ਦੀਆਂ ਗੱਲਾਂ ਕਰਦੇ, ਅੱਜ ਕੋਈ ਨਵਾਂ ਨਹੀਂ ਹੈ ਸਾਡੇ ਇਲਾਕੇ 'ਚ, ਕੋਈ ਸੂਆ ਨਹਿਰ ਕੋਈ ਨਵੀਂ ਨਹੀਂ ਬਣੀ, ਇਹ ਆਲਰੇਡੀ ਕੁਦਰਤ ਵੱਲੋਂ ਪਾਣੀ ਦਾ ਜਿਹੜਾ ਵਹਾਅ ਹੈਗਾ ਸਾਡੇ ਲਈ ਬਹੁਤ ਜ਼ਿਆਦਾ ਹੈਗਾ। ਜੇ ਅਸੀਂ ਮਾਰ ਚੱਲਦੇ ਹਾਂ ਤਾਂ ਸਾਨੂੰ ਉਹਦੇ ਬੈਨੀਫਿਟ ਵੀ ਮਿਲਦੇ ਆ। ਅੱਛਾ, ਇੱਕ ਕਿਉਂਕਿ ਤੁਸੀਂ ਸਰਹੱਦ ਤੇ ਬੈਠੇ ਹੋ ਔਰ ਪਾਕਿਸਤਾਨ ਤੋਂ ਡਰੋਨ ਬਹੁਤ ਆਉਂਦੇ ਨੇ, ਨਸ਼ਾ ਬਹੁਤ ਸੁੱਟਿਆ ਜਾਂਦਾ ਖੇਤਾਂ 'ਚ ਪੈਲੀਆਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਥਾਂ ਟਿਕਾਣਾ ਲੱਭਦਾ ਹੈਗਾ, ਉਹਦੇ ਨਾਲ ਲਾਜ਼ਮੀ ਤੌਰ 'ਤੇ ਕਈ ਬਰਾਦਰੀਆਂ ਬਰਬਾਦ ਵੀ ਹੋਈਆਂ ਨੇ ਅਤੇ ਬਦਨਾਮ ਵੀ ਹੋਈਆਂ ਨੇ, ਨਸ਼ਿਆਂ ਨੂੰ ਲੈ ਕੇ ਲੋਕ ਕਿੰਨੇ ਕੀ ਚਿੰਤਤ ਨੇ? ਦੇਖੋ ਜੀ ਸਾਡੇ, ਮੈਂ ਆਪਣੇ ਪਿੰਡਾਂ, ਮੇਰੇ ਪਿੰਡ ਬਿਲਕੁਲ 0 ਲਾਈਨ ਤੋਂ 3-4 ਕਿਲੋਮੀਟਰ ਜਿਹੜਾ ਉਰੇ ਹੈਗਾ ਹਨਾ ਜੀ ਜੀ, ਤਾਂ ਸਾਡੇ ਪਿੰਡਾਂ 'ਚ ਜੇ ਮੈਂ ਕਹਿ ਲਾਂ ਕਿ 50% ਤੋਂ ਲੈ ਕੇ 70% ਤੱਕ ਜਿਹੜਾ ਯੂਥ ਹੈਗਾ, ਖਾਸ ਕਰਕੇ ਗਰੀਬ ਘਰਾਂ ਦਾ ਯੂਥ ਹੈ, ਉਹ ਗ੍ਰਸਤ ਹੋ ਗਿਆ ਜੀ। ਵੱਡੇ ਘਰਾਂ ਦੇ ਵੀ ਕਾਕੇ ਜਿਹੜੇ ਆ ਉਹ ਟੀਕਿਆਂ ਤੇ, ਕਿਉਂਕਿ ਸਿੰਥੈਟਿਕ ਨਸ਼ਾ ਹੈਗਾ
ਪਿਓਰ ਤਾਂ ਹੈਗਾ ਨਹੀਂ, ਉਹ ਸਾਰੇ ਦੇ ਸਾਰੇ ਨਸ਼ੇ ਤੇ ਲੱਗੇ ਹੋਏ ਆ, ਉਹ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ, ਹਾਲਾਂਕਿ ਸਾਰੇ ਪੰਜਾਬ 'ਚ ਹੀ ਹੈ। ਪਰ ਹੈਰਾਨਗੀ ਹੈ ਕਿ ਹਰਿਆਣੇ ਲਈ ਕਿਉਂ ਨਹੀਂ ਹੈਗੀ, ਰਾਜਸਥਾਨ 'ਚ ਪੋਸਟ ਭੇਜਿਆ ਜਾਂਦਾ ਉੱਥੇ ਕਿਉਂ ਨਹੀਂ ਹੈਗੀ, ਸਾਡੇ ਪੰਜਾਬ 'ਚ ਹੀ ਕਿਉਂ ਇੰਨੀ ਮਾਰ ਹੈ, ਉੱਥੇ ਵੀ ਤਾਂ ਯੂਥ ਬੈਠਾ ਹੋਇਆ। ਇਸ ਚੀਜ਼ ਦੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਉਹ ਝੱਲਣੀ ਪੈ ਰਹੀ ਹੈ। ਤਾਂ ਨਿੱਤ ਦਾਅਵੇ ਤਾਂ ਹੁੰਦੇ ਜੀ, ਨਸ਼ਾ ਹਰੇਕ ਨਹੀਂ, ਨਸ਼ਾ ਬੰਦ ਕਰਨ ਦੇ ਨਾਂ ਤੇ ਸਵਾਂ, ਕਿਸੇ ਨੇ ਗੁਟਕਾ ਸਾਹਿਬ ਤੇ ਚੱਕੀਆਂ, ਕਿਸੇ ਨੇ ਕਹਿਤਾ ਮੈਂ 3 ਵੀਕਾਂ 'ਚ ਬੰਦ ਕਰਾ ਦੂੰ, ਹੋਇਆ ਕੁਛ ਨਹੀਂ। ਪਰ ਹੁਣ ਤੇ ਡਰੋਨ ਤੇ ਡਰੋਨ ਵੀ ਤੇ ਬਹੁਤ ਆ ਰਹੇ ਨਾ ਜੀ, ਡਰੋਨ ਪੁਲਿਸ ਕੀ ਕਰਦੀ, BSF ਕੀ ਕਰ ਰਹੀ ਹੈ ਜੀ? ਦੇਖੋ ਜੀ, ਜਿਹੜਾ ਉਹ ਕਹਿੰਦੇ ਜਿਹੜਾ ਫੜਿਆ ਗਿਆ ਉਹ ਚੋਰ ਹੈ, ਬਾਕੀ ਸਾਧ ਜਿੰਨੇ ਕੁ ਉਹਨਾਂ ਨੂੰ ਫੜੇ ਜਾਂਦੇ ਉਹ ਸੁਰਖੀਆਂ 'ਚ ਆ ਜਾਂਦੇ ਆ। ਇਹ ਦੇਖੋ ਵੀ ਸਾਡੇ ਨੀਅਰ ਅਬਾਊਟ ਜੇ ਅਸੀਂ ਨਿਊਜ਼ ਦੀ ਗੱਲ ਕਰਦੇ ਹਾਂ ਤਾਂ ਹਫ਼ਤੇ 'ਚ ਇੱਕ ਅੱਧਾ ਜਿਹੜੀ ਖੇਪ ਜਿਹੜੀ ਆ, ਕਿਲੋ, 1.5 ਕਿਲੋ, ਅੱਧਾ ਕਿਲੋ ਪਾਈਆ ਕਿਤੇ ਨਾ ਕਿਤੇ ਫੜੀ ਜਾਂਦੀ ਹੈ। ਇਹ ਰੂਟੀਨ ਹੋ ਗਈ ਸਾਡੇ ਇੱਥੇ। ਇਕੱਲੇ ਮੈਂ ਇਸ ਏਰੀਏ, ਛੋਟੇ ਏਰੀਏ ਦੀ ਗੱਲ ਕਰਦਾ, ਪਰ ਫਾਜ਼ਿਲਕਾ ਨੂੰ ਤਾਂ ਮੈਂ ਛੱਡ ਹੀ ਦੇਣਾ, ਤਾਂ ਕੁਛ ਨਾ ਕੁਛ ਡੇਲੀ ਵਾਪਰ ਰਿਹਾ। ਇਹ ਹੈਰਾਨਗੀ ਹੈ, ਉਹੀ ਇਹ ਕਿਤੇ ਨਾ ਕਿਤੇ ਮਿਲੀ ਭੁਗਤਣਾ ਹੀ ਹੋ ਰਿਹਾ। ਇਹ ਤਾਂ ਹੋ ਨਹੀਂ ਸਕਦਾ ਕਿ ਬੰਦਾ ਕੋਈ ਇੰਨਾ ਹੀ ਨਸ਼ਾ ਸੱਟੀ ਜਾ ਰਿਹਾ, ਪਤਾ ਨਹੀਂ ਲੱਗ ਰਿਹਾ ਨਾ, ਜਿੱਥੇ ਕੋਈ ਸੌਦੇਬਾਜ਼ੀ ਨਹੀਂ ਹੁੰਦੀ ਉੱਥੇ ਸਾਹਮਣੇ ਆ ਜਾਂਦਾ। ਅੱਛਾ ਗੁਰਨਾਮ ਜੀ, ਇੱਕ ਹੋਰ ਛੋਟੇ ਛੋਟੇ ਜਿਹੇ ਮੇਰੇ ਸਵਾਲ ਆ ਸਰਕਾਰ ਵਾਸਤੇ ਤੇ ਸਰਕਾਰ ਦੇ ਉਮੀਦਵਾਰ ਵਾਸਤੇ, ਮੋਟੇ ਰੂਪ 'ਚ ਤੁਹਾਨੂੰ ਕੀ ਲੱਗਦਾ ਕਿ ਜਗਦੀਪ ਸਿੰਘ ਬਰਾੜ ਵਾਸਤੇ ਕਿਹੜੀਆਂ ਚੁਣੌਤੀਆਂ ਨੇ? ਬਰਾੜ ਸਾਹਿਬ ਵੱਲ ਵਾਸਤੇ ਤਾਂ ਇਹ ਹੈ ਕਿ ਕਿਉਂਕਿ ਮੈਂ ਇੱਥੇ MLA ਦਾ ਕਸੂਰ ਘੱਟ ਗਿਣਦਾ, ਵੀ ਵਿਧਾਇਕ ਦਾ ਕਸੂਰ ਹੈ, ਕਿਉਂਕਿ ਵਿਧਾਇਕ ਨੂੰ ਬਹੁਤੀਆਂ ਪਾਵਰਾਂ ਨਹੀਂ ਦਿੱਤੀਆਂ ਗਈਆਂ। ਉਹਨਾਂ ਦਾ ਕਹਿਣਾ, ਵਿਧਾਇਕ ਸਾਰੇ ਕਹਿੰਦੇ ਕਿ ਸਾਨੂੰ ਪਾਵਰਾਂ ਨਹੀਂ ਦਿੱਤੀਆਂ ਗਈਆਂ, ਇਸ ਕਰਕੇ ਅਸੀਂ ਕੰਮ ਨਹੀਂ ਕਰ ਪਾ ਰਹੇ। ਵਿਧਾਇਕਾਂ ਨੂੰ ਪਿੰਡਾਂ ਵਿੱਚ ਕਈ ਜਗ੍ਹਾ 'ਤੇ ਜਾਣਾ ਮੁਸ਼ਕਲ ਹੋਇਆ ਪਿਆ, ਕਿਉਂਕਿ ਕੰਮ ਜਿਹੜੇ ਲੋਕਾਂ ਦੇ ਉਹ ਨਿੱਕੇ ਨਿੱਕੇ ਕੰਮ ਆ, ਹੁੰਦੇ ਤਾਂ ਛੋਟੇ ਛੋਟੇ ਕੰਮ ਨੇ, ਉਹ ਨਹੀਂ ਹੁੰਦੇ। ਇਸ ਕਰਕੇ ਵਿਧਾਇਕਾਂ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ। ਵਿਧਾਇਕ ਕਹਿੰਦੇ ਆ ਕਿ ਸਾਨੂੰ ਜਿਹੜੀਆਂ ਪਾਵਰਾਂ ਨਹੀਂ ਦਿੱਤੀਆਂ ਆਫ ਦੀ ਰਿਕਾਰਡ, ਕਿ ਸਾਨੂੰ ਪਾਵਰਾਂ ਨਹੀਂ, ਸਾਡੀ ਤਾਂ ਕੋਈ SHO ਨਹੀਂ ਸੁਣਦਾ, SSP ਤਾਂ ਬੜੀ ਦੂਰ ਦੀ ਗੱਲ। ਇਹ ਗੱਲ ਵੀ ਸਹੀ ਗੱਲ ਹੈ, ਅਸੀਂ ਪ੍ਰੈਸ ਵਿੱਚ ਰਹਿੰਦੇ ਹਾਂ ਤਾਂ SHO ਦੇ ਮਤਲਬ ਕੋਈ SSP ਜਾਂ ਕੋਈ ਬਾਹਲਾ ਗੌਲਦੇ ਨਹੀਂ ਗਿਆ ਗੱਲਾਂ ਨੂੰ, ਵਿਧਾਇਕ ਨੇ ਕਿਹਾ ਕੋਈ ਚੱਕਰ ਨਹੀਂ। ਹਾਲਾਂਕਿ ਪਿਛਲੀਆਂ ਸਰਕਾਰਾਂ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ, ਘੱਟੋ ਘੱਟ ਇੰਚਾਰਜ ਦਾ ਜਿਹੜਾ ਹਲਕਾ ਹੁੰਦਾ ਸੀ MLA ਦਾ, ਉੱਥੇ ਉਹਦੀ MLA ਦੀ ਕੁਛ ਨਾ ਕੁਛ ਪਾਵਰ ਜ਼ਰੂਰ ਰਹਿੰਦੀ ਸੀ, ਕਿ ਗੌਰਮੈਂਟ ਨੂੰ ਪਾਵਰ ਦੇ ਕੇ ਰੱਖਦੀ ਸੀ ਸਰਕਾਰ। ਉਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਰੇ ਵਿਧਾਇਕਾਂ ਨੂੰ, ਤੇ ਜਦੋਂ ਸਾਹਮਣਾ ਕਰਨਾ ਪਊਗਾ ਤਾਂ ਵੋਟਾਂ ਤੇ ਆਟੋਮੈਟਿਕਲੀ ਫੈਕਟ ਜਿਹੜਾ ਜ਼ਰੂਰ ਪਵੇ। ਤੁਸੀਂ ਕਹਿ ਰਹੇ ਕਿ MLAs ਦੇ ਕੰਮ ਨਹੀਂ ਹੋ ਰਹੇ, ਪਰ ਚੰਡੀਗੜ੍ਹ ਤੱਕ ਰਿਪੋਰਟਾਂ ਪਹੁੰਚੀਆਂ ਕਿ ਬੜੇ ਨਵੇਂ MLA ਨੇ 5 ਮਹੀਨਿਆਂ ਦੇ ਵਿੱਚ ਮਹਿਲ ਉਸਾਰ ਲਏ ਨੇ। ਉਹ ਗੱਲ ਤੁਹਾਡੀ ਸਹੀ ਹੈ, ਉਹ ਕੰਮ ਕਰਨ ਦੇ ਹੋਰ ਵੀ ਬਹੁਤ ਜ਼ਰੀਏ ਹੁੰਦੇ ਆ MLA ਸਾਹਿਬ ਦੇ, ਕਿ ਜ਼ਰੂਰੀ ਨਹੀਂ ਗਾ ਕਿ ਉਹ ਇੱਕ, ਮੈਂ ਤਾਂ ਕਹਿੰਦਾ ਕਿ ਜਿਹੜਾ ਇੱਕ ਵਾਰੀ MLA ਬਣ ਗਿਆ ਦੁਨੀਆਂ ਭਰ ਦੀਆਂ ਉਹ ਜਿਹੜੀਆਂ ਪੂੰਜੀਆਂ ਜੋੜ ਕੇ ਰੱਖ ਲੈਂਦਾ, ਉਹ ਆਉਣ ਵਾਲੀਆਂ 7 ਪੀੜ੍ਹੀਆਂ ਲਈ ਕਰ ਲੈਂਦਾ। ਪਾਵਰ ਕਈ ਤਰ੍ਹਾਂ ਦੀ ਹੁੰਦੀ ਨਾ, ਇੱਕ ਪਾਵਰ ਹੁੰਦੀ ਵੀ ਤੂੰ ਕਮਾ ਤੇ ਮੈਨੂੰ ਵੀ ਦੇ, ਮੈਨੂੰ ਵੀ ਦੇ, ਮੈਨੂੰ ਵੀ ਤੇ ਸ਼੍ਰੋਮਣੀ ਤੇ ਸ਼੍ਰੋ ਬਿਲਕੁਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਵਾਸਤੇ ਕੀ ਚੁਣੌਤੀ ਹੈ? ਉਹਨਾਂ ਵਾਸਤੇ ਚੁਣੌਤੀਆਂ ਤਾਂ ਬਿਲਕੁਲ ਹੈਗੀਆਂ, ਕਿਉਂਕਿ ਅਕਾਲੀ ਦਲ ਜਿਹੜਾ ਹੈਗਾ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਇੱਥੋਂ MP ਰਹੇ ਆ ਪਿਛਲੀ ਵਾਰੀ, ਤਾਂ ਲੋਕਾਂ ਨੂੰ ਨਾਰਾਜ਼ਗੀ ਜ਼ਰੂਰ ਹੈ ਕਿ ਉਹ ਹਲਕੇ 'ਚ ਗੇੜਾ ਨਹੀਂ ਮਾਰ ਸਕਿਆ। ਉਹਨਾਂ ਨੂੰ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਮੈਂ ਬਤੌਰ ਪ੍ਰੈਜੀਡੈਂਟ ਹੋਣ ਦੇ ਨਾਤੇ ਮੈਂ ਸਾਰਾ ਪੰਜਾਬ ਵੇਖਣਾ ਹੁੰਦਾ ਹੈ, ਦਿੱਲੀ ਵੀ ਦੇਖਣੀ ਹੁੰਦੀ ਹੈ, ਹਰਿਆਣੇ 'ਚ ਵੀ ਜਾਣਾ ਹੁੰਦਾ, ਮੈਨੂੰ ਪ੍ਰੋਬਲਮ ਆਉਂਦੀਆਂ ਨੇ, ਤਾਂ ਇਹ ਹੋਈਆਂ। ਹਾਲਾਂਕਿ ਕੋਰੋਨਾ ਕਰਕੇ 2-2.5 ਸਾਲ ਜਿਹੜੇ ਹੁੰਦੇ ਆ, ਗ੍ਰਾਂਟਾਂ ਵੀ ਨਹੀਂ ਆਈਆਂ, ਉਹਦੇ ਕਰਕੇ ਵੀ ਕੁਛ ਹੋਇਆ। ਲਾਸਟ ਵਾਲੇ ਦਿਨਾਂ 'ਚ ਸੁਖਬੀਰ ਬਾਦਲ ਹੋਣਾ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਉਹ ਵੰਡੀਆਂ ਵੀ ਨੇ, ਪਿੰਡਾਂ 'ਚ ਪਾਣੀ ਵਾਲੇ ਟੈਂਕਰ ਪਹੁੰਚਾਏ ਨੇ, ਔਰ ਬਹੁਤ ਸਾਰੇ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਨੇ। ਇਹ ਚੀਜ਼ ਚੁਣੌਤੀ ਜ਼ਰੂਰ ਬਣਦੀ ਹੈ ਕਿ ਪਿਛਲੀ ਵਾਰੀ ਤੁਸੀਂ ਕੀ ਕੀਤਾ 5 ਸਾਲਾਂ 'ਚ। ਤੇ ਸੋਢੀ ਸਾਹਿਬ ਵਾਸਤੇ, ਤੇ ਸੋਢੀ ਸਾਹਿਬ ਵਾਸਤੇ BJP ਵਾਸਤੇ ਕੀ ਚੁਣੌਤੀ ਜੇ ਫਿਰੋਜ਼ਪੁਰ 'ਚ?
ਉਹ ਤਾਂ ਕਿਸਾਨ ਯੂਨੀਅਨ ਬੈਠੀ ਹੈ ਜੀ ਮੇਨ ਕਰਕੇ, ਕਿਉਂਕਿ ਸਾਰੇ ਇੱਥੇ ਮੈਂ ਕਈ ਵਾਰੀ ਸਾਰੀਆਂ ਫੇਸਬੁੱਕਾਂ ਤੇ ਕਮੈਂਟਸ ਪੜ੍ਹਦਾ ਹੁੰਦਾ ਤਾਂ ਥੱਲੇ ਕਈ ਲਿਖਦੇ ਆ, ਰਾਣਾ ਸਾਹਿਬ ਤੁਸੀਂ ਤਾਂ ਚੰਗੇ ਹੋ, ਤੁਹਾਡੀ ਪਾਰਟੀ ਬਹੁਤ ਗੰਦੀ, ਤੁਸੀਂ ਗਲਤ ਪਾਰਟੀ ਜਾ ਕੇ। ਤਾਂ ਇਹ ਚੀਜ਼ਾਂ ਚੁਣੌਤੀਆਂ ਜਿਹੜੀਆਂ, ਕਿਉਂਕਿ ਪਿੰਡਾਂ 'ਚ ਇੱਕ ਰੋਸ ਹੈਗਾ, ਗੁੱਸਾ ਹੈਗਾ, ਨਵਾਂ ਨਵਾਂ ਸ਼ੁਭ ਕਰਨ ਦੀ ਸਾਡੇ ਨੌਜਵਾਨ ਦੀ ਮੌਤ ਹੋਈ ਹੈ ਉਹ ਰੋਸ ਹੈਗਾ, 0 FIR ਕੱਟੀ ਜਾਣੀ ਉਹ ਰੋਸ ਹੈਗਾ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹੀ 0 FIR ਆਪ ਨੂੰ ਵੀ ਮੁਸੀਬਤ ਪਾ ਰਹੀ ਹੈ ਕਿ ਤੁਸੀਂ ਕੀਤਾ ਕੀ। ਤਾਂ ਇਹ ਜਿਹੜੀਆਂ ਕਿਸਾਨਾਂ ਵੱਲੋਂ ਚੁਣੌਤੀਆਂ ਮਿਲ ਰਹੀਆਂ ਨੇ ਇਹ ਜ਼ਰੂਰ ਰਾਣਾ ਸੋਢੀ ਸਾਹਮਣੇ ਦਿੱਕਤ ਬਣ ਸਕਦੀ ਹੈ ਪਿੰਡਾਂ ਦੇ ਵਿੱਚ। ਅੱਛਾ, ਮੇਰਾ ਆਖਰੀ ਸਵਾਲ ਹੈ, ਮੈਂ ਕਿਹਾ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘਬਾਇਆ ਦੀ ਕੀ ਵਾ, ਉਹਨਾਂ ਵਾਸਤੇ ਕੀ ਚੁਣੌਤੀ? ਇੱਕ ਤਾਂ ਤੁਹਾਡੇ ਇਲਾਕੇ 'ਚ ਬੜੀ ਚਰਚਾ ਨਾ, ਸ਼ੇਰਾ ਨਾ ਮੇਰਾ ਨਾ ਤੇਰਾ, ਕੀ ਚੁਣੌਤੀਆਂ ਨੇ ਘਬਾਇਆ ਸਾਹਿਬ ਨੂੰ ਲੈ ਕੇ? ਦੇਖੋ, ਸ਼ੇਰ ਸਿੰਘ ਘਬਾਇਆ ਹੋਰਾਂ ਨੂੰ ਬਹੁਤ ਲੇਟ, ਉਹਨਾਂ ਨੂੰ ਵੀ ਲੇਟ ਟਿਕਟ ਮਿਲੀ ਹੈ, ਉਹਨਾਂ ਵਾਸਤੇ ਬਰਾਦਰੀ ਦੀ ਨਾਰਾਜ਼ਗੀ ਜਿਹੜੀ ਹੈ ਉਹ ਝੱਲਣੀ ਪੈ ਸਕਦੀ। ਤੇ ਖਾਸ ਕਰਕੇ ਵੱਡੀ ਚੁਣੌਤੀ ਉਹਨਾਂ ਸਾਹਮਣੇ ਅੰਗਰੇਜ਼ ਸਿੰਘ ਉਡਵਾਲੀ ਹੈ, ਕਿਉਂਕਿ ਉਹਨੇ ਯੂਥ ਵਿੱਚ ਬਹੁਤ ਸਾਰਾ ਆਧਾਰ ਬਣਾ ਲਿਆ, ਔਰ ਖਾਸ ਕਰਕੇ ਯੂਥ ਦੇ ਰਾਜ ਸਿੱਖਾਂ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਚੋਂ ਬਾਹਰ ਨਹੀਂ ਨਿਕਲ ਰਿਹਾ, ਉਹ ਰੋਸ ਸੋਰੀ ਰੈਲੀਆਂ ਜਿਹੜੀਆਂ ਕਰ ਰਿਹਾ ਜਾਂ ਰੋਡ ਸ਼ੋਅ ਕਰ ਰਿਹਾ ਸਾਰੇ ਦੇ ਸਾਰੇ ਰਾਜ ਸਿੱਖ ਪਿੰਡਾਂ ਦੇ ਵਿੱਚ ਹੀ ਕਰ ਰਿਹਾ। ਉਹਨੇ ਆਪਣਾ ਆਧਾਰ ਬਣਾ ਲਿਆ ਕਿ ਮੈਂ ਰਾਜ ਸਿੱਖ ਪਿੰਡਾਂ ਦੇ ਵਿੱਚ ਰਹਿਣਾ, ਇੱਥੋਂ ਵੋਟ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਖਿੱਚਣੀ ਹੈ। ਹਾਲਾਂਕਿ ਹੋਰ ਵੀ ਕਈ ਬਰਾਦਰੀਆਂ ਉਹਦੇ ਨਾਲ ਜੁੜੀਆਂ ਨੇ, ਪਰ ਉਹ ਵੱਡੀ ਚੁਣੌਤੀ ਉਹਦੇ ਲਈ ਘਬਾਇਆ ਸਾਹਿਬ ਲਈ ਉਹ ਬਣੀ ਹੋਈ ਹੈ। ਓਵਰਆਲ ਅਗਰ ਗੱਲ ਕੀਤੀ ਜਾਵੇ, ਕਿਸ ਪਾਰਟੀ ਦੇ ਵਿੱਚ ਤੁਹਾਨੂੰ ਜ਼ਿਆਦਾ ਗੁੱਟਬਾਜ਼ੀ ਲੱਗ ਰਹੀ ਹੈ? ਗੁੱਟਬਾਜ਼ੀ ਦੇਖੋ ਜੀ, ਇਸ ਟਾਈਮ ਤਾਂ ਭਾਜਪਾ ਦੇ ਵਿੱਚ ਬਹੁਤ ਜ਼ਿਆਦਾ ਗੁੱਟਬੰਦੀ ਹੈ। ਸੁਨੀਲ ਜਾਖੜ ਜਿਹੜੇ ਅਜੇ ਤੱਕ ਖੁੱਲ੍ਹ ਕੇ ਸ਼ਰੇਆਮ ਰਾਣਾ ਸੋਢੀ ਸਾਹਿਬ ਨਾਲ ਨਹੀਂ ਆਏ, ਨਾ ਹੀ ਉਹ ਕਾਗਜ਼ ਭਰਾਉਣ ਆਏ। ਹਾਲਾਂਕਿ ਕੈਬਨਿਟ ਮਿਨਿਸਟਰ ਹਰਦੀਪ ਪੁਰੀ ਹੋਰੀ ਇੱਥੇ ਪਹੁੰਚਦੇ ਆ, ਹੋਰ ਵੀ ਬਹੁਤ ਸਾਰੀ ਆਹਲਾ ਜਿਹੜੀ ਹੈ ਇਹਨਾਂ ਦੀ ਉੱਤੋਂ ਹੈਗੀ ਆ, ਲੌਬੀ ਆ, ਉਹ ਪਹੁੰਚਦੀ ਹੈ। ਸੁਨੀਲ ਜਾਖੜ ਉਦੋਂ ਵੀ ਨਹੀਂ ਪਹੁੰਚਦੇ, ਔਰ ਅਬੋਹਰ ਦੇ ਵਿੱਚ ਰੈਲੀਆਂ ਰੱਖੀਆਂ ਗਈਆਂ, ਕਾਫਲੇ ਰੱਖੇ ਗਏ, ਬੱਲੂਆਣਾ 'ਚ ਰੱਖੇ ਗਏ, ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਲਗਾਤਾਰ ਚੱਲ ਰਹੇ ਨੇ, ਅੱਜ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੈਗੇ ਆ, ਉਹ ਉਹਨਾਂ ਦਾ ਹੋਮ ਡਿਸਟ੍ਰਿਕਟ ਹੈਗਾ ਜਾਖੜ ਸਾਹਿਬ ਹੋਰਾਂ ਦਾ, ਉਹ ਨਹੀਂ ਤੁਰ ਰਹੇ। ਉਸ ਤੇ ਦੂਜੇ ਪਾਸੇ ਦੇਖੀਏ, ਸੰਦੀਪ ਜਾਖੜ ਉਹਨਾਂ ਦੇ ਭਤੀਜੇ ਨੇ, ਵਿਧਾਇਕ ਨੇ, ਉਹ ਜ਼ਰੂਰ ਰਾਣਾ ਸੋਢੀ ਸਾਹਿਬ ਦੇ ਨਾਲ ਚੱਲ ਰਹੇ ਨੇ, ਔਰ ਆਪਣੇ ਲੈਵਲ ਤੇ ਵੀ ਉਹ ਲਗਾਤਾਰ ਪ੍ਰੋਗਰਾਮ ਜਿਹੜੇ ਛੋਟੇ ਛੋਟੇ ਵਾਰਡਾਂ ਦੇ ਵਿੱਚ ਕਰ ਰਹੇ ਨੇ ਸੋਢੀ ਸਾਹਿਬ ਨੂੰ ਵੋਟ ਪਾਉਣ ਦੇ ਲਈ। ਪਰ ਸੁਨੀਲ ਜਾਖੜ ਉਹਨਾਂ ਦਾ ਸਾਇਲੈਂਟ ਹੋਣਾ, ਜੀ ਜੀ ਤੇ ਜਿਆਣੀ ਸਾਹਿਬ ਚੱਲ ਰਹੇ ਸੋਢੀ ਸਾਹਿਬ ਨਾਲ? ਹਾਂ, ਜਿਆਣੀ ਸਾਹਿਬ ਲਗਾਤਾਰ ਉਹਨਾਂ ਦੇ ਨਾਲ, ਇਹ ਸੁਣਨ ਵਿੱਚ ਆ ਰਿਹਾ ਸੀ ਨਾ ਕਿ ਜਦੋਂ ਵੋਟ ਨਹੀਂ ਦਿੱਤੀ ਜਾ ਰਹੀ ਸੀ, ਜਿਆਣੀ ਸਾਹਿਬ ਔਰ ਰਾਣਾ ਗੁਰਮੀਤ ਸਿੰਘ ਸੋਢੀ ਇੱਕ ਲੌਬੀ 'ਚ ਹੋ ਗਏ, ਔਰ ਇਹ ਕੰਸੋ ਆ ਰਹੀਆਂ ਸੀ ਜਿਹੜੀਆਂ ਵਿਚਲੀਆਂ ਖਬਰਾਂ ਨਿਕਲ ਕੇ ਆਈਆਂ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਕਿਹਾ ਕਿ ਜਾਂ ਸੁਰਜੀਤ ਕੁਮਾਰ ਜਿਆਣੀ ਨੂੰ ਲੜਾਇਆ ਜਾਵੇ, ਨਹੀਂ ਲੜਾਉਣਾ ਤਾਂ ਰਾਣਾ ਸੋਢੀ ਨੂੰ ਲੜਾਇਆ ਜਾਵੇ, ਜੇ ਇਹਨਾਂ ਦੋਵਾਂ ਨੂੰ ਨਹੀਂ ਲੜਾਉਣਾ ਤਾਂ ਸੁਨੀਲ ਜਾਖੜ ਖੁਦ ਲੜ ਰਹੇ ਨੇ, ਅਸੀਂ ਦੋਵੇਂ ਇਹਦੇ ਨਾਲ ਆ ਜਾਵਾਂਗੇ। ਅਸੀਂ ਬਾਹਰਲੇ ਬੰਦੇ ਨੂੰ, ਜੋ ਕਿ ਆਂਵਲਾ ਸਾਹਿਬ ਦਾ ਨਾਮ ਆ ਰਿਹਾ ਸੀ ਰਮਿੰਦਰ ਸਿੰਘ ਆਂਵਲਾ ਹੋਰਾਂ ਦਾ, ਅਸੀਂ ਉਹਨੂੰ ਸਹਿਣ ਨਹੀਂ ਕਰ ਪਾਵਾਂਗੇ। ਇਸ ਕਰਕੇ ਲਾਸਟ ਤੇ ਜਾ ਕੇ ਜਿਹੜੀ ਹੈ ਸੁਰਜੀਤ ਕੁਮਾਰ ਜਿਆਣੀ ਤੇ ਰਾਣਾ ਸੋਢੀ ਦੀ ਚੱਲ ਗਈ ਤੇ ਰਾਣਾ ਸੋਢੀ ਨੂੰ ਜਿਹੜੀ ਆ ਟਿਕਟ ਮਿਲ ਗਈ, ਤੇ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਹੈ ਸੁਨੀਲ ਜਾਖੜ ਨੂੰ ਜ਼ਰੂਰ ਮਹਿਸੂਸ ਹੁੰਦੀ ਹੋਊਗੀ, ਮੈਨੂੰ ਜਿੱਥੋਂ ਤੱਕ ਲੱਗਦਾ। ਚਲੋ ਗੁਰਨਾਮ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ। ਉਹ ਗੱਲ ਹੈ ਫਿਰੋਜ਼ਪੁਰ ਦੀ, ਫਿਰੋਜ਼ਪੁਰ ਦੇ ਵਿੱਚ ਕੀ ਚੁਣੌਤੀਆਂ, ਉਸ 'ਤੇ ਵਿਚਾਰ ਦਾ ਚਰਚਾ ਕੀਤੀ, ਲੋਕਾਂ ਦੇ ਕੀ ਮੁੱਦੇ ਨੇ, ਉਹ ਵੀ ਚੰਗੀ ਤਰ੍ਹਾਂ ਤੁਸੀਂ ਸੁਣ ਲਏ ਨੇ। ਫਿਲਹਾਲ ਇਹ ਦੇਖਣਾ ਹੈਗਾ ਕਿ ਫਿਰੋਜ਼ਪੁਰ ਦੇ ਜਿਹੜੇ ਲੋਕ ਨੇ ਉਹ ਆਪਣਾ ਨਵਾਂ MP ਕਿਸ ਨੂੰ ਚੁਣਦੇ ਨੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।